ਵਾਰ ਦੂਰ ਦੇਸ਼ ਵਿੱਚ ਇੱਕ ਚੁੜੈਲ ਰਿਹਾ ਕਰਦੀ ਸੀ। ਉਹਦੀ ਉਦਾਸੀ ਦੀ ਵਜ੍ਹਾ ਸੀ ਕਿ ਉਹਨੂੰ ਔਲਾਦ ਨਹੀਂ ਹੋ ਸਕਦੀ ਸੀ, ਕਿਉਂਕਿ ਜੇ ਉਹਦਾ ਬੱਚਾ ਹੁੰਦਾ ਤਾਂ ਉਹ ਉਹਨੂੰ ਆਪਣੇ ਗਹਿਰੇ ਰਹੱਸ ਅਤੇ ਸ਼ਕਤੀਆਂ ਦੇ ਸਕਦੀ ਸੀ। ਇਸ ਕਰਕੇ ਉਹਨੇ ਤੈਅ ਕੀਤਾ ਕਿ ਉਹ ਪਹਿਲੀ ਕੁੜੀ ਨੂੰ ਸਭ ਤੋਂ ਦੂਰ ਲੈ ਜਾ ਕੇ ਬਿਲਕੁਲ ਆਪਣੀ ਧੀ ਦੀ ਤਰ੍ਹਾਂ ਵੱਡਾ ਕਰਦੀ। ਬੁਰਾਈ ਦਾ ਜਾਦੂ ਪੂਰੀ ਦੁਨੀਆ ਤੇ ਕਬਜ਼ਾ ਕਰੇਗਾ। ਜਿੱਥੇ ਚੁੜੈਲ ਰਹਿੰਦੀ ਸੀ ਉੱਥੋਂ ਥੋੜੀ ਦੂਰੀ ਤੇ ਇੱਕ ਕਿਸਾਨ ਪਤੀ ਪਤਨੀ ਰਹਿੰਦੇ ਸੀ। ਇੱਕ ਦਿਨ ਆਦਮੀ ਨੂੰ ਬੜੀ ਚੰਗੀ ਖਬਰ ਮਿਲੀ ਜੋ ਉਹਨੂੰ ਉਹਦੀ ਘਰਵਾਲੀ ਨੇ ਦਿੱਤੀ ਸੀ। ਸਾਨੂੰ ਬੱਚਾ ਹੋਣ ਵਾਲਾ ਹੈ। ਬਦਕਿਸਮਤੀ ਨਾਲ ਉਹਨਾਂ ਦੀ ਖੁਸ਼ੀ ਲੰਮੇ ਸਮੇਂ ਤੱਕ ਨਹੀਂ ਟਿਕੀ, ਕਿਉਂਕਿ ਜਨਾਨੀ ਬਹੁਤ ਬਿਮਾਰ ਹੋ ਗਈ। ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਉਹਦਾ ਵਜ਼ਨ ਘਟਦਾ ਗਿਆ। ਜੇ ਉਹ ਛੇਤੀ ਠੀਕ ਨਾ ਹੁੰਦੀ ਤਾਂ ਆਪਣੇ ਬੱਚੇ ਨੂੰ ਗਵਾ ਸਕਦੀ ਸੀ। ਉਹਦੇ ਘਰ ਵਾਲੇ ਨੇ ਹਰ ਦਵਾਈ ਤੇ ਹਰ ਫਾਇਦੇਮੰਦ ਜੜੀ ਬੂਟੀ ਦੇ ਕੇ ਵੇਖਿਆ, ਪਰ ਉਹ ਠੀਕ ਨਹੀਂ ਹੋਈ। ਆਖਰਕਾਰ ਡਾਕਟਰ ਨੇ ਕਿਹਾ ਕਿ ਹੁਣ ਇੱਕ ਹੀ ਤਰੀਕਾ ਹੈ ਜਿਸ ਨਾਲ ਉਹਦੀ ਘਰ ਵਾਲੀ ਠੀਕ ਹੋ ਸਕਦੀ ਹੈ। ਇੱਕ ਬੁਰੀ ਚੁੜੇਲ ਹੈ ਜਿਸਦੇ ਕੋਲ ਹੀ ਸਿਰਫ ਇਸ ਨੂੰ ਠੀਕ ਕਰਨ ਵਾਲੀ ਜੜੀ ਬੂਟੀ ਹੈ। ਹੁਣ ਸਿਰਫ ਇੱਕੋ ਹੀ ਰਸਤਾ ਬਚਿਆ ਹੈ। ਆਦਮੀ ਆਪਣੀ ਸਾਰੀ ਹਿੰਮਤ ਜੁਟਾ ਕੇ ਚੁੜੈਲ ਦੇ ਮਹਿਲ ਵਿੱਚ ਗਿਆ ਤੇ ਦਰਵਾਜ਼ੇ ਤੇ ਦਸਤਕ ਦਿੱਤੀ। ਇੰਨਾ ਬੇਤੜਕ ਹੋ ਕੇ ਮੇਰਾ ਬੂਹਾ ਖੜਕਾ ਰਿਹਾ, ਲੱਗਦਾ ਕੋਈ ਜ਼ਰੂਰੀ ਗੱਲ ਹੈ। ਉਹ ਮੇਰੀ ਘਰ ਵਾਲੀ ਬਿਮਾਰ ਹੈ ਤੇ ਉਹਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ। ਮੈਂ ਸੁਣਿਆ ਕਿ ਸਿਰਫ ਤੁਹਾਡੇ ਕੋਲ ਉਸਦੇ ਇਲਾਜ ਦੇ ਲਈ ਜੜੀ ਬੂਟੀ ਹੈ। ਅੱਛਾ, ਤੇ ਮੈਂ ਤੇਰੀ ਮਦਦ ਕਿਉਂ ਕਰਾਂ? ਮੈਂ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਮੇਰੀ ਮਦਦ ਕਰੋ। ਮੇਰੀ ਘਰ ਵਾਲੀ ਨੂੰ ਬੱਚਾ ਹੋਣ ਵਾਲਾ ਹੈ ਤੇ ਜੇ ਉਹਦਾ ਇਲਾਜ ਨਾ ਕੀਤਾ ਗਿਆ ਤਾਂ ਦੋਹਾਂ ਨੂੰ ਗਵਾ ਬੈਠਾਂਗਾ। ਉਹਦੀ ਹਾਲਤ ਦੇ ਬਾਰੇ ਵਿੱਚ ਸੁਣ ਕੇ ਚੁੜੈਲ ਨੇ ਆਪਣਾ ਮਨ ਬਦਲ ਦਿੱਤਾ ਤੇ ਉਹਦੀ ਮਦਦ ਕਰਨ ਦਾ ਫੈਸਲਾ ਕੀਤਾ। ਜੇ ਤੂੰ ਇੰਜ ਕਹਿ ਰਿਹਾ ਤਾਂ ਮੈਂ ਤੇਰੀ ਮਦਦ ਕਰਾਂਗੀ। ਚੁੜੈਲ ਨੇ ਉਹਦੇ ਇਲਾਜ ਵਾਲੀ ਜੜੀ ਬੂਟੀ ਦੇ ਦਿੱਤੀ। ਇਸ ਜੜੀ ਬੂਟੀ ਦੇ ਪੱਤਿਆਂ ਦਾ ਇੱਕ ਇੱਕ ਟੁਕੜਾ ਰੋਜ਼ ਆਪਣੀ ਘਰ ਵਾਲੀ ਨੂੰ ਖਵਾਈ, ਤੈਨੂੰ ਉਹ ਠੀਕ ਹੁੰਦੀ ਨਜ਼ਰ ਆਵੇਗੀ। ਆਦਮੀ ਖੁਸ਼ੀ ਦੇ ਮਾਰੇ ਭੱਜਦੇ ਹੋਏ ਘਰ ਪਹੁੰਚਿਆ। ਉਹਦੀ ਘਰ ਵਾਲੀ ਨੇ ਰੋਜ਼ ਪੱਤੇ ਦਾ ਇੱਕ ਟੁਕੜਾ ਖਾਧਾ। ਹੁਣ ਉਹਦੀ ਤਬੀਅਤ ਸੁਧਰਨ ਲੱਗੀ ਤੇ ਉਹਦਾ ਘਟਿਆ ਹੋਇਆ ਵਜ਼ਨ ਵੀ ਵਾਪਸ ਵਧਣ ਲੱਗਾ। ਪਰ ਕੁਝ ਦਿਨਾਂ ਬਾਅਦ ਚੁੜੈਲ ਦੀ ਦਿੱਤੀ ਹੋਈ ਜੜੀ ਬੂਟੀ ਖਤਮ ਹੋ ਗਈ। ਘਰ ਵਾਲੀ ਦੀ ਤਬੀਅਤ ਫਿਰ ਤੋਂ ਵਿਗੜ ਗਈ। ਇਸ ਵਾਰ ਬਹੁਤ ਹੀ ਘੱਟ ਸਮੇਂ ਵਿੱਚ ਉਹਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ। ਕੋਈ ਉਪਾਅ ਨਾ ਹੋਣ ਕਰਕੇ ਆਦਮੀ ਨੇ ਫਿਰ ਤੋਂ ਚੁੜੈਲ ਦੇ ਮਹਿਲ ਦਾ ਦਰਵਾਜ਼ਾ ਖੜਕਾਇਆ। ਚੁੜੈਲ ਜਾਣਦੀ ਸੀ ਕਿ ਉਹ ਵਾਪਸ ਜ਼ਰੂਰ ਆਵੇਗਾ। ਇਹ ਉਹੀ ਬੀਜ ਹੈ ਜਿਸ ਨਾਲ ਤੇਰੀ ਘਰ ਵਾਲੀ ਠੀਕ ਹੋ ਸਕਦੀ ਹੈ। ਤੂੰ ਇਹਨਾਂ ਨੂੰ ਆਪਣੇ ਬਗੀਚੇ ਵਿੱਚ ਬੀਜ ਦੇਵੀਂ ਤੇ ਫਿਰ ਤੇਰੀ ਘਰ ਵਾਲੀ ਤੇ ਬੱਚਾ ਦੋਵੇਂ ਬਚ ਜਾਣਗੇ। ਪਰ ਮੇਰੀ ਇੱਕ ਸ਼ਰਤ ਹੈ, ਜੇ ਤੇਰੇ ਘਰ ਬੱਚੀ ਜੰਮੀ ਤਾਂ ਤੂੰ ਉਹਨੂੰ ਮੈਨੂੰ ਦੇ ਦੇਗਾ। ਮੈਂ ਅਜਿਹੀ ਸ਼ਰਤ ਕਦੇ ਨਹੀਂ ਮੰਨ ਸਕਦਾ। ਤਾਂ ਦਫ਼ਾ ਹੋ ਜਾ ਇੱਥੋਂ। ਚੁੜੈਲ ਨੇ ਉਹਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ। ਦੁਖੀ ਹੋ ਕੇ ਆਦਮੀ ਘਰ ਵਾਪਸ ਆ ਗਿਆ। ਉਹ ਆਪਣੀ ਘਰ ਵਾਲੀ ਨੂੰ ਕੁਝ ਵੀ ਨਹੀਂ ਦੱਸ ਸਕਦਾ ਸੀ। ਜਿਵੇਂ ਜਿਵੇਂ ਦਿਨ ਗੁਜ਼ਰਦੇ ਗਏ ਘਰ ਵਾਲੀ ਦੀ ਹਾਲਤ ਵਿਗੜਦੀ ਗਈ। ਹੁਣ ਬੱਚੇ ਨੂੰ ਵੀ ਖਤਰਾ ਵੱਧ ਗਿਆ ਸੀ। ਆਦਮੀ ਦੀ ਰਾਤਾਂ ਦੀ ਨੀਂਦ ਉੱਡ ਗਈ ਸੀ
ਜੇ ਉਹ ਚੁੜੈਲ ਦੀ ਸ਼ਰਤ ਨਹੀਂ ਮੰਨਦਾ ਤਾਂ ਉਹ ਘਰਵਾਲੀ ਤੇ ਬੱਚਾ ਦੋਹਾਂ ਨੂੰ ਗਵਾ ਦੇਵੇਗਾ। ਪਰ ਜੇ ਉਹ ਸ਼ਰਤ ਮੰਨ ਲੈਂਦਾ ਹੈ ਤੇ ਜੇ ਉਹਨੂੰ ਬੇਟਾ ਪੈਦਾ ਹੁੰਦਾ ਹੈ ਤਾਂ ਉਹਦੀ ਘਰਵਾਲੀ ਤੇ ਬੱਚਾ ਦੋਵੇਂ ਬਚ ਜਾਣਗੇ। ਇਸ ਲਈ ਉਹਨੇ ਆਪਣਾ ਮਨ ਬਣਾ ਲਿਆ ਤੇ ਚੁੜੈਲ ਦੇ ਮਹਿਲ ਵਿੱਚ ਗਿਆ। ਉਹਨੇ ਚੁੜੈਲ ਦੀ ਸ਼ਰਤ ਮੰਨ ਲਈ ਤੇ ਬੀਜ ਲੈ ਕੇ ਘਰ ਆ ਗਿਆ। ਚੁੜੈਲ ਦੇ ਦਿੱਤੇ ਹੋਏ ਬੀਜ ਉਹਨੇ ਆਪਣੇ ਬਗੀਚੇ ਵਿੱਚ ਬੋ ਦਿੱਤੇ। ਬੀਜ ਬਹੁਤ ਹੀ ਘੱਟ ਸਮੇਂ ਵਿੱਚ ਉੱਗ ਗਏ। ਆਦਮੀ ਨੇ ਆਪਣੀ ਘਰਵਾਲੀ ਨੂੰ ਬਗੀਚੇ ਵਿੱਚ ਉੱਗੇ ਹੋਏ ਪੱਤੇ ਖਵਾਏ। ਜਿਵੇਂ ਜਿਵੇਂ ਦਿਨ ਬੀਤਦੇ ਗਏ ਉਹਦੀ ਘਰਵਾਲੀ ਠੀਕ ਹੁੰਦੀ ਗਈ ਤੇ ਉਹਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਪਰ ਆਦਮੀ ਨੂੰ ਹੁਣ ਡਰ ਸਤਾ ਰਿਹਾ ਸੀ। ਉਸੇ ਦਿਨ ਰਾਜਮਹਿਲ ਵਿੱਚ ਇੱਕ ਜਸ਼ਨ ਮਨਾਇਆ ਜਾ ਰਿਹਾ ਸੀ। ਰਾਣੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਰਾਜਾ ਬਹੁਤ ਖੁਸ਼ ਸੀ ਕਿਉਂਕਿ ਹੁਣ ਉਹਦੇ ਬਾਅਦ ਉਹਦਾ ਰਾਜਕੁਮਾਰ ਸੀ ਜੋ ਭਵਿੱਖ ਵਿੱਚ ਰਾਜਾ ਬਣੇਗਾ। ਰਾਜ ਦੀ ਜਨਤਾ ਵੱਡੇ ਦਿਲ ਵਾਲੇ ਰਾਜਾ ਤੇ ਰਾਣੀ ਨੂੰ ਬਹੁਤ ਪਿਆਰ ਕਰਦੀ ਸੀ। ਕਿਸੇ ਨੂੰ ਪਤਾ ਨਹੀਂ ਸੀ ਕਿ ਭਵਿੱਖ ਵਿੱਚ ਇੱਕ ਦਿਨ ਇਹਨਾਂ ਦੋਹਾਂ ਬੱਚਿਆਂ ਦੇ ਜੀਵਨ ਮਿਲਣਗੇ। ਜਨਾਨੀ ਆਦਮੀ ਦੀ ਖੁਸ਼ੀ ਜ਼ਿਆਦਾ ਦਿਨਾਂ ਤੱਕ ਨਹੀਂ ਟਿਕੀ। ਉਸੇ ਦਿਨ ਚੁੜੈਲ ਆਈ ਅਤੇ ਬੱਚੀ ਦੀ ਮੰਗ ਕੀਤੀ। ਜਨਾਨੀ ਆਦਮੀ ਨੇ ਭਾਰੀ ਮਨ ਨਾਲ ਬੱਚੀ ਚੁੜੈਲ ਨੂੰ ਸੌਂਪ ਦਿੱਤੀ। ਮੇਰੀ ਬੱਚੀ ਇਹ ਹੁਣ ਮੇਰੀ ਬੱਚੀ ਹੈ, ਪਰ ਫਿਕਰ ਨਾ ਕਰ, ਮੈਂ ਉਹਦਾ ਚੰਗੀ ਤਰ੍ਹਾਂ ਖਿਆਲ ਰੱਖਾਂਗੀ। ਮੈਂ ਉਹਦਾ ਨਾਂ ਰਪੰਜ਼ਲ ਰੱਖਦੀ ਹਾਂ। ਚੁੜੈਲ ਬੱਚੀ ਨੂੰ ਲੈ ਕੇ ਜੰਗਲ ਵਿੱਚ ਚਲੀ ਗਈ ਜਿੱਥੇ ਉਹਦਾ ਬਹੁਤ ਵੱਡਾ ਟਾਵਰ ਸੀ। ਚੁੜੈਲ ਪੌੜੀਆਂ ਤੋਂ ਟਾਵਰ ਦੇ ਬਹੁਤ ਉੱਪਰ ਚਲੀ ਗਈ। ਉਹ ਆਖਰੀ ਮੰਜ਼ਿਲ ਦੇ ਇੱਕ ਕਮਰੇ ਵਿੱਚ ਪਹੁੰਚੀ। ਉੱਥੇ ਚੁੜੈਲ ਨੇ ਬੱਚੀ ਨੂੰ ਇੱਕ ਪਗੂੜੇ ਵਿੱਚ ਰੱਖਿਆ। ਰਪੰਜ਼ਲ, ਮੇਰੀ ਸੋਹਣੀ ਬੱਚੀ। ਚੁੜੈਲ ਨੂੰ ਹੀ ਆਪਣੀ ਮਾਂ ਮੰਨ ਕੇ ਰਪੰਜ਼ਲ ਨੇ ਉਸ ਟਾਵਰ ਵਿੱਚ ਆਪਣਾ ਜੀਵਨ ਜੀਣਾ ਸ਼ੁਰੂ ਕਰ ਦਿੱਤਾ। ਦਿਨ ਦੇ ਵੇਲੇ ਰਪੰਜ਼ਲ ਟਾਵਰ ਤੋਂ ਥੱਲੇ ਉਤਰ ਕੇ ਮਹਿਲ ਦੇ ਸਾਹਮਣੇ ਖੇਡਿਆ ਕਰਦੀ ਤੇ ਰਾਤ ਨੂੰ ਦੁਬਾਰਾ ਟਾਵਰ ਦੀ ਆਖਰੀ ਮੰਜ਼ਿਲ ਤੇ ਆਪਣੇ ਛੋਟੇ ਜਿਹੇ ਕਮਰੇ ਵਿੱਚ ਵਾਪਸ ਆ ਜਾਂਦੀ। ਚੁੜੈਲ ਨੇ ਰਪੰਜ਼ਲ ਦੇ ਸੁਨਹਿਰੇ ਵਾਲ ਕਦੇ ਨਹੀਂ ਕੱਟੇ। ਉਹ ਰੋਜ਼ ਉਹਦੇ ਵਾਲਾਂ ਵਿੱਚ ਚੰਗੀ ਤਰ੍ਹਾਂ ਕੰਘੀ ਕਰਦੀ। ਛੋਟੀ ਬੱਚੀ ਨੂੰ ਇਹ ਬਹੁਤ ਪਸੰਦ ਸੀ। ਦਿਨ ਗੁਜ਼ਰਦੇ ਗਏ। ਰਪੰਜ਼ਲ ਹੁਣ ਵੱਡੀ ਹੋ ਗਈ ਸੀ ਤੇ ਹੁਣ ਉਹ ਇੱਕ ਜਵਾਨ ਕੁੜੀ ਬਣ ਗਈ ਸੀ। ਇੱਕ ਦਿਨ ਚੁੜੈਲ ਟਾਵਰ ਦੇ ਕੋਲ ਗਈ ਤੇ ਰਪੰਜ਼ਲ ਨੂੰ ਬਾਹਰ ਸੱਦਿਆ। ਰਪੰਜ਼ਲ, ਮੇਰੀ ਸੋਹਣੀ ਧੀ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਰਪੰਜ਼ਲ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੁੱਟੇ। ਉਹਦੇ ਵਾਲ ਹੁਣ ਥੱਲੇ ਜ਼ਮੀਨ ਤੱਕ ਪਹੁੰਚ ਰਹੇ ਸੀ। ਬਹੁਤ ਵਧੀਆ। ਚੁੜੈਲ ਟਾਵਰ ਦੀ ਪੌੜੀਆਂ ਤੱਕ ਪਹੁੰਚ ਗਈ। ਫਿਰ ਆਖਰੀ ਪੌੜੀ ਤੇ ਖੜੇ ਹੋ ਕੇ ਉਹਨੇ ਕੁਝ ਜਾਦੂਈ ਸ਼ਬਦ ਕਹੇ ਤੇ ਪੌੜੀਆਂ ਡਿੱਗਣ ਲੱਗੀਆਂ। ਦੁਨੀਆ ਦੇ ਕੋਈ ਵੀ ਬੋਲ ਇਹਨਾਂ ਪੌੜੀਆਂ ਨੂੰ ਫਿਰ ਤੋਂ ਨਹੀਂ ਲਿਆ ਸਕਦੇ। ਜੋ ਵੀ ਹੋ ਰਿਹਾ ਸੀ ਉਹਨੂੰ ਹੈਰਾਨੀ ਨਾਲ ਵੇਖਦੇ ਹੋਏ ਰਪੰਜ਼ਲ ਸਮਝ ਗਈ ਸੀ ਕਿ ਉਹ ਟਾਵਰ ਤੋਂ ਥੱਲੇ ਕਦੇ ਨਹੀਂ ਉਤਰ ਸਕਦੀ।
ਚੁੜੈਲ ਰੋਜ਼ ਟਾਵਰ ਤੋਂ ਥੱਲੇ ਉਤਰਨ ਦੇ ਲਈ ਰਪੰਜ਼ਲ ਦੇ ਵਾਲਾਂ ਦਾ ਇਸਤੇਮਾਲ ਕਰਦੀ ਤੇ ਸ਼ਾਮ ਨੂੰ ਵੀ ਟਾਵਰ ਦੇ ਥੱਲੇ ਆ ਕੇ ਰਪੰਜ਼ਲ ਨੂੰ ਸੱਦਦੀ। ਰਪੰਜ਼ਲ ਰਪੰਜ਼ਲ, ਆਪਣੇ ਵਾਲ ਥੱਲੇ ਸੁੱਟ, ਤੇਰੀ ਮਾਂ ਆਈ ਹੈ। ਉਹਦੀ ਆਵਾਜ਼ ਸੁਣ ਕੇ ਰਪੰਜ਼ਲ ਆਪਣੇ ਵਾਲ ਥੱਲੇ ਸੁੱਟਦੀ ਤੇ ਉਹਨਾਂ ਵਾਲਾਂ ਦੇ ਸਹਾਰੇ ਚੜ੍ਹਦੇ ਹੋਏ ਚੁੜੈਲ ਉੱਤੇ ਆ ਜਾਂਦੀ। ਮਾਂ, ਤੂੰ ਮੈਨੂੰ ਟਾਵਰ ਦੇ ਬਾਹਰ ਕਿਉਂ ਨਹੀਂ ਜਾਣ ਦਿੰਦੀ? ਤੂੰ ਮੈਨੂੰ ਇੱਥੇ ਕਿਉਂ ਰੱਖਿਆ? ਮੇਰੀ ਪਿਆਰੀ ਧੀਏ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਇਸ ਕਰਕੇ ਤੈਨੂੰ ਦੁਨੀਆ ਦੀ ਬੁਰਾਈ ਤੋਂ ਬਚਾਉਣਾ ਚਾਹੁੰਦੀ ਹਾਂ। ਰਪੰਜ਼ਲ ਸਾਰਾ ਦਿਨ ਗਾਉਣ ਵਿੱਚ ਅਤੇ ਜੋ ਪੰਛੀ ਉਹਦੀ ਬਾਰੀ ਤੇ ਆ ਕੇ ਬੈਠਦੇ ਸੀ ਉਹਨਾਂ ਨਾਲ ਗੱਲਾਂ ਕਰਦੇ ਹੋਏ ਗੁਜ਼ਾਰਦੀ। ਦੂਜੇ ਪਾਸੇ ਜੋ ਬੱਚਾ ਉਸੇ ਦਿਨ ਰਾਜਮਹਿਲ ਵਿੱਚ ਪੈਦਾ ਹੋਇਆ ਸੀ ਉਹ ਵੀ ਹੁਣ ਜਵਾਨ ਹੋ ਗਿਆ ਸੀ। ਰਾਜਾ ਹੁਣ ਬੁੱਢਾ ਹੋ ਚੱਲਿਆ ਸੀ ਅਤੇ ਉਹ ਚਾਹੁੰਦਾ ਸੀ ਕਿ ਹੁਣ ਉਹਦਾ ਜਵਾਨ ਬੇਟਾ ਉਹਦੀ ਗੱਦੀ ਸੰਭਾਲੇ, ਰਾਜਕੁਮਾਰੀ ਨਾਲ ਵਿਆਹ ਕਰੇ ਤੇ ਉਸਨੂੰ ਪੋਤਰਾ ਦੇਵੇ। ਬਾਕੀ ਰਾਜਾਂ ਦੀ ਕਈ ਰਾਜਕੁਮਾਰੀਆਂ ਮਹਿਲ ਵਿੱਚ ਆ ਕੇ ਜਾਂਦੀਆਂ ਪਰ ਰਾਜਕੁਮਾਰ ਨੂੰ ਕੋਈ ਵੀ ਆਪਣੀ ਪਤਨੀ ਦੇ ਰੂਪ ਵਿੱਚ ਨਹੀਂ ਪਾਈ। ਆਖਰ ਰਾਜਕੁਮਾਰ ਇੱਕ ਲੰਮੀ ਯਾਤਰਾ ਤੇ ਨਿਕਲ ਪਿਆ ਆਪਣੇ ਅਸਲੀ ਪਿਆਰ ਦੀ ਖੋਜ ਵਿੱਚ। ਜਦੋਂ ਜੰਗਲ ਦੇ ਕੋਲ ਪਹੁੰਚਿਆ ਜਿੱਥੇ ਉਹ ਟਾਵਰ ਬਣਿਆ ਹੋਇਆ ਲੁਕਿਆ ਹੋਇਆ ਸੀ ਉਹਨੇ ਆਪਣੇ ਆਦਮੀਆਂ ਨੂੰ ਪੁੱਛਿਆ, ਮੈਂ ਇਸ ਜੰਗਲ ਵਿੱਚੋਂ ਕਦੇ ਨਹੀਂ ਗਿਆ, ਚਲੋ ਅੱਜ ਇਸ ਜੰਗਲ ਤੋਂ ਲੰਘਦੇ ਹਾਂ, ਸ਼ਾਇਦ ਸਾਨੂੰ ਕੋਈ ਵਧੀਆ ਰਸਤਾ ਮਿਲ ਜਾਵੇ। ਰਾਜਕੁਮਾਰ, ਇਹ ਜਾਦੂਈ ਜੰਗਲ ਹੈ, ਅਸੀਂ ਸੁਣਿਆ ਕਿ ਜੋ ਵੀ ਇਹਦੇ ਅੰਦਰ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ। ਇਸ ਤਰ੍ਹਾਂ ਤੂੰ ਕਹਿ ਰਿਹਾ, ਸ਼ਾਇਦ ਇਹ ਕੋਈ ਅਫਵਾਹ ਹੋਵੇ, ਆਪ ਚੱਲ ਕੇ ਵੇਖਦੇ ਹਾਂ। ਰਾਜਕੁਮਾਰ ਅਤੇ ਉਹਦੇ ਆਦਮੀ ਜੰਗਲ ਵਿੱਚ ਦਾਖਲ ਹੋਏ। ਰਾਜਕੁਮਾਰ ਨੂੰ ਖੁਦ ਤੇ ਭਰੋਸਾ ਸੀ ਪਰ ਉਹਦੇ ਆਦਮੀਆਂ ਨੂੰ ਨਹੀਂ। ਕੁਝ ਦੇਰ ਬਾਅਦ ਉਹਨਾਂ ਨੂੰ ਉਹ ਟਾਵਰ ਨਜ਼ਰ ਆਇਆ ਜਿੱਥੇ ਰਪੰਜ਼ਲ ਰਹਿੰਦੀ ਸੀ। ਫਿਰ ਉਹਨਾਂ ਨੇ ਰਪੰਜ਼ਲ ਦਾ ਗਾਣਾ ਸੁਣਿਆ। ਕਿੰਨੀ ਮਿੱਠੀ ਆਵਾਜ਼ ਹੈ। ਟਾਵਰ ਦੇ ਨੇੜੇ ਪਹੁੰਚ ਕੇ ਰਾਜਕੁਮਾਰ ਨੇ ਉਹਦਾ ਗਾਣਾ ਸੁਣਿਆ ਤੇ ਕੁਝ ਦੇਰ ਤੱਕ ਉਹਦੀ ਸੁੰਦਰਤਾ ਨੂੰ ਨਿਹਾਰਦਾ ਰਿਹਾ। ਉਸੇ ਵੇਲੇ ਚੁੜੈਲ ਉੱਥੇ ਆਈ ਤੇ ਉਹਨੇ ਰਪੰਜ਼ਲ ਨੂੰ ਸੱਦਿਆ। ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਚੁੜੈਲ ਦੀ ਆਵਾਜ਼ ਸੁਣ ਕੇ ਰਪੰਜ਼ਲ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੁੱਟੇ ਤੇ ਉਹ ਚੁੜੈਲ ਵਾਲਾਂ ਦੇ ਸਹਾਰੇ ਉੱਤੇ ਚੜ ਗਈ। ਅੱਛਾ। ਰਾਜਕੁਮਾਰ ਨੇ ਕੁਝ ਸਮਾਂ ਟਾਵਰ ਦੇ ਆਲੇ ਦੁਆਲੇ ਘੁੰਮਣ ਦਾ ਫੈਸਲਾ ਕੀਤਾ ਅਤੇ ਰਪੰਜ਼ਲ ਨੂੰ ਵੇਖਦਾ ਰਿਹਾ। ਚੁੜੈਲ ਰਪੰਜ਼ਲ ਦੇ ਵਾਲਾਂ ਦੇ ਸਹਾਰੇ ਹਰ ਸਵੇਰੇ ਥੱਲੇ ਆਉਂਦੀ ਅਤੇ ਰਾਤ ਨੂੰ ਉੱਤੇ ਚੜ੍ਹਦੀ। ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਆਖਰ ਇੱਕ ਦਿਨ ਰਾਜਕੁਮਾਰ ਆਪਣੀ ਸਾਰੀ ਹਿੰਮਤ ਜੁਟਾ ਕੇ ਜਦੋਂ ਚੁੜੈਲ ਉੱਥੇ ਨਹੀਂ ਸੀ ਟਾਵਰ ਦੇ ਕੋਲ ਗਿਆ ਅਤੇ ਪੁਕਾਰਿਆ, ਰਪੰਜ਼ਲ ਰਪੰਜ਼ਲ। ਰਪੰਜ਼ਲ ਪਹਿਲੀ ਵਾਰ ਆਪਣੀ ਮਾਂ ਤੋਂ ਇਲਾਵਾ ਕਿਸੇ ਹੋਰ ਦੀ ਆਵਾਜ਼ ਸੁਣ ਰਹੀ ਸੀ। ਪਹਿਲਾਂ ਉੱਚੀ ਜਗ ਰਹੀ ਸੀ
ਪਰ ਬਾਅਦ ਵਿੱਚ ਉਹ ਉਤਸੁਕ ਸੀ ਇਹ ਦੇਖਣ ਲਈ ਕਿ ਕੌਣ ਹੋ ਸਕਦਾ ਹੈ। ਇਸ ਲਈ ਉਹਨੇ ਬਾਰੀ ਤੋਂ ਥੱਲੇ ਵੇਖਿਆ। ਉਹਨੇ ਵੇਖਿਆ ਕਿ ਇੱਕ ਨੌਜਵਾਨ ਮੁੰਡਾ ਥੱਲਿਓਂ ਉਹਦੇ ਵੱਲ ਵੇਖ ਰਿਹਾ ਸੀ। ਤੂੰ ਕੌਣ ਹੈ ਤੇ ਤੈਨੂੰ ਮੇਰੇ ਨਾਂ ਦਾ ਕਿਵੇਂ ਪਤਾ? ਮੈਂ ਇਸ ਰਾਜੇ ਦਾ ਰਾਜਕੁਮਾਰ ਹਾਂ। ਮੈਂ ਤੇਰੀ ਮਨਮੋਹਣੀ ਆਵਾਜ਼ ਸੁਣੀ ਤੇ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ। ਮੈਨੂੰ ਅਣਜਾਣ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਤੈਨੂੰ ਮੇਰੇ ਕੋਲੋਂ ਕੋਈ ਖਤਰਾ ਨਹੀਂ, ਮੈਂ ਵਾਅਦਾ ਕਰਦਾ ਹਾਂ। ਕਿਰਪਾ ਕਰਕੇ ਥੱਲੇ ਆ ਤਾਂ ਕਿ ਅਸੀਂ ਗੱਲ ਕਰ ਸਕੀਏ। ਮੈਂ ਨਹੀਂ ਆ ਸਕਦੀ, ਇੱਥੇ ਪੌੜੀਆਂ ਨਹੀਂ ਨੇ। ਉਸੇ ਵੇਲੇ ਰਪੰਜ਼ਲ ਨੇ ਚੁੜੈਲ ਮਾਂ ਨੂੰ ਆਂਦੇ ਵੇਖਿਆ। ਛੇਤੀ ਚਲੇ ਜਾਓ ਇੱਥੋਂ, ਨਹੀਂ ਤਾਂ ਮੇਰੀ ਮਾਂ ਤੁਹਾਨੂੰ ਵੇਖ ਲਵੇਗੀ। ਰਾਜਕੁਮਾਰ ਫਟਾਫਟ ਪੇੜ ਦੇ ਪਿੱਛੇ ਲੁਕ ਗਿਆ। ਟਾਵਰ ਦੇ ਕੋਲ ਪਹੁੰਚ ਕੇ ਚੁੜੈਲ ਨੇ ਪੁਕਾਰਿਆ ਤੇ ਰਪੰਜ਼ਲ ਦੇ ਵਾਲਾਂ ਦੇ ਸਹਾਰੇ ਉੱਤੇ ਚੜ ਗਈ। ਰਾਜਕੁਮਾਰ ਰੋਜ਼ ਆਉਣ ਲੱਗਿਆ। ਹੁਣ ਉਹ ਦੋਸਤ ਬਣ ਗਏ ਸੀ। ਹੁਣ ਤੱਕ ਉਹ ਜਾਣ ਚੁੱਕੀ ਸੀ ਕਿ ਉਹਨੂੰ ਰਾਜਕੁਮਾਰ ਤੋਂ ਕੋਈ ਖਤਰਾ ਨਹੀਂ, ਇਸ ਲਈ ਉਹਨੇ ਆਪਣੇ ਵਾਲ ਥੱਲੇ ਸੁੱਟੇ। ਰਾਜਕੁਮਾਰ ਉਹਦੇ ਵਾਲਾਂ ਦੇ ਸਹਾਰੇ ਸਹਾਰੇ ਉੱਤੇ ਚੜ ਗਿਆ। ਰਪੰਜ਼ਲ ਬਹੁਤ ਖੁਸ਼ ਸੀ। ਉਹਨੇ ਪਹਿਲਾਂ ਕਦੇ ਕੋਈ ਆਦਮੀ ਨਹੀਂ ਵੇਖਿਆ ਸੀ ਅਤੇ ਅੱਜ ਰਾਜਕੁਮਾਰ ਉਹਦੇ ਸਾਹਮਣੇ ਖੜਾ ਸੀ। ਤੇਰੀ ਮਾਂ ਨੇ ਤੈਨੂੰ ਇਸ ਟਾਵਰ ਵਿੱਚ ਬੰਦ ਕਰਕੇ ਕਿਉਂ ਰੱਖਿਆ ਹੈ? ਮਾਂ ਮੈਨੂੰ ਕਹਿੰਦੀ ਹੈ ਕਿ ਇਹ ਦੁਨੀਆ ਬੁਰਾਈ ਨਾਲ ਭਰੀ ਹੋਈ ਹੈ, ਉਹ ਮੇਰੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤੇ ਹੱਸਣ ਵਾਲੀ ਗੱਲ ਹੈ। ਭਲਾ ਕਦੇ ਕੋਈ ਮਾਂ ਵੀ ਆਪਣੀ ਧੀ ਨੂੰ ਅਜਿਹੀ ਥਾਂ ਤੇ ਬੰਦੀ ਬਣਾ ਕੇ ਰੱਖੇਗੀ? ਹਾਂ ਇਹ ਸੱਚ ਹੈ ਕਿ ਦੁਨੀਆ ਵਿੱਚ ਬੁਰਾਈ ਹੈ, ਪਰ ਫਿਰ ਵੀ ਸੁੰਦਰਤਾ ਵੀ ਤਾਂ ਕੋਈ ਚੀਜ਼ ਹੈ ਨਾ। ਰਪੰਜ਼ਲ ਇਹ ਵੇਖਣ ਦੇ ਲਈ ਉਤਸੁਕ ਸੀ ਕਿ ਕੀ ਰਾਜਕੁਮਾਰ ਜੋ ਕਹਿ ਰਿਹਾ ਉਹ ਸੱਚ ਹੈ, ਅਤੇ ਉਹ ਵੀ ਬਾਹਰ ਦੀ ਦੁਨੀਆ ਨੂੰ ਵੇਖਣਾ ਤੇ ਜਾਣਨਾ ਚਾਹੁੰਦੀ ਸੀ। ਆਖਰਕਾਰ ਉਹਨਾਂ ਨੇ ਆਪਣਾ ਮਨ ਬਣਾ ਲਿਆ ਤੇ ਇਕੱਠੇ ਭੱਜਣ ਦਾ ਫੈਸਲਾ ਕੀਤਾ। ਉਸ ਰਾਤ ਜਦੋਂ ਚੁੜੈਲ ਟਾਵਰ ਤੇ ਪਹੁੰਚੀ, ਉਹਨੇ ਰਪੰਜ਼ਲ ਦੇ ਵਾਲ ਥੱਲੇ ਸੁੱਟੇ ਹੋਏ ਵੇਖੇ। ਰਪੰਜ਼ਲ ਨੇ ਮੈਨੂੰ ਆਂਦੇ ਹੋਏ ਵੇਖ ਲਿਆ, ਸ਼ਾਇਦ ਇਸੇ ਕਰਕੇ ਵਾਲ ਥੱਲੇ ਸੁੱਟੇ ਨੇ। ਟਾਵਰ ਚੜ੍ਹਨ ਤੋਂ ਬਾਅਦ ਉਹਨੇ ਵੇਖਿਆ ਕਿ ਰਪੰਜ਼ਲ ਦੇ ਵਾਲ ਕੱਟ ਕੇ ਬਾਰੀ ਦੇ ਨਾਲ ਬੰਨੇ ਹੋਏ ਸੀ ਤੇ ਰਪੰਜ਼ਲ ਕਿਧਰੇ ਵੀ ਨਹੀਂ ਸੀ। ਉਸੇ ਪਲ ਉਹਨੂੰ ਅਹਿਸਾਸ ਹੋਇਆ ਕਿ ਰਪੰਜ਼ਲ ਭੱਜ ਗਈ ਹੈ। ਰਪੰਜ਼ਲ ਨੇ ਆਪਣੇ ਵਾਲ ਕੱਟ ਕੇ ਬਾਰੀ ਨਾਲ ਬੰਨ ਦਿੱਤੇ ਸੀ ਤੇ ਉਸੇ ਦੇ ਸਹਾਰੇ ਉਹ ਤੇ ਰਾਜਕੁਮਾਰ ਟਾਵਰ ਤੋਂ ਥੱਲੇ ਉਤਰੇ ਸੀ। ਰਪੰਜ਼ਲ, ਰਪੰਜ਼ਲ, ਤੂੰ ਮੈਨੂੰ ਧੋਖਾ ਦੇਣ ਦੀ ਹਿੰਮਤ ਕਿਵੇਂ ਕੀਤੀ? ਇਸੇ ਦਰਮਿਆਨ ਰਪੰਜ਼ਲ ਤੇ ਰਾਜਕੁਮਾਰ ਉਸ ਜਾਦੂਈ ਜੰਗਲ ਤੋਂ ਬਾਹਰ ਆਏ। ਜੰਗਲ ਜਾਦੂਈ ਹੋਣ ਦੀ ਕਹਾਣੀ ਚੁੜੈਲ ਦੀ ਬਣਾਈ ਹੋਈ ਸੀ। ਉਹ ਨਹੀਂ ਚਾਹੁੰਦੀ ਸੀ ਕਿ ਕੋਈ ਉੱਥੇ ਆ ਕੇ ਰਪੰਜ਼ਲ ਨੂੰ ਵੇਖੇ। ਰਪੰਜ਼ਲ ਤੇ ਰਾਜਕੁਮਾਰ ਆਖਰਕਾਰ ਮਹਿਲ ਵਿੱਚ ਪਹੁੰਚੇ। ਰਪੰਜ਼ਲ ਦੇ ਨਾਲ ਰਾਜਕੁਮਾਰ ਰਾਜਾ ਤੇ ਰਾਣੀ ਦੇ ਸਾਹਮਣੇ ਗਿਆ ਤੇ ਵੇਖਿਆ ਕਿ ਰਾਜਾ ਇੱਕਦਮ ਸਿਹਤਮੰਦ ਉਹਦੇ ਸਾਹਮਣੇ ਖੜੇ ਸੀ। ਪਿਤਾ ਜੀ, ਤੁਸੀਂ ਬਿਲਕੁਲ ਤੰਦਰੁਸਤ ਹੋ ਗਏ ਹੋ, ਇਹ ਕਿਵੇਂ ਹੋਇਆ? ਇੱਕ ਜੜੀ ਬੂਟੀ ਨੇ ਤੇਰੇ ਪਿਤਾ ਜੀ ਨੂੰ ਸਿਹਤਮੰਦ ਕੀਤਾ ਮੇਰੇ ਪੁੱਤਰ। ਕੀ ਕਹਿੰਦੇ ਨੇ ਉਸਨੂੰ? ਰਪੰਜ਼ਲ, ਰਪੰਜ਼ਲ, ਰਪੰਜ਼ਲ। ਰਾਜਕੁਮਾਰ ਨੇ ਉਹਨਾਂ ਨੂੰ ਸਭ ਦੱਸਿਆ ਜੋ ਵੀ ਉਹਦੇ ਨਾਲ ਹੋਇਆ ਸੀ। ਰਾਜਾ ਨੇ ਦੱਸਿਆ ਕਿ ਇੱਕ ਬੁੱਢੇ ਜਨਾਨੀ ਆਦਮੀ ਨੇ ਉਹਨਾਂ ਨੂੰ ਉਹ ਜੜੀ ਬੂਟੀ ਦਿੱਤੀ ਸੀ ਤੇ ਉਹਨਾਂ ਨੂੰ ਬੁਰੀ ਚੁੜੈਲ ਦੀ ਕਹਾਣੀ ਵੀ ਸੁਣਾਈ।
ਕਿ ਕਿਵੇਂ ਉਹ ਉਹਨਾਂ ਦੀ ਬੇਟੀ ਨੂੰ ਪੈਦਾ ਹੁੰਦੇ ਹੀ ਲੈ ਗਈ ਸੀ। ਰਾਜਕੁਮਾਰ ਤੇ ਰਪੰਜ਼ਲ ਉਸ ਬੁੱਢੇ ਜਨਾਨੀ ਆਦਮੀ ਦੇ ਘਰ ਗਏ। ਜਿਵੇਂ ਹੀ ਉਸ ਜਨਾਨੀ ਨੇ ਸੁਨਹਿਰੇ ਵਾਲਾਂ ਵਾਲੀ ਕੁੜੀ ਨੂੰ ਵੇਖਿਆ, ਉਹਨੇ ਪਛਾਣ ਲਿਆ ਕਿ ਉਹ ਉਹਨਾਂ ਦੀ ਹੀ ਧੀ ਰਪੰਜ਼ਲ ਹੈ, ਜਿਸ ਨੂੰ ਚੁੜੈਲ ਉਹਨਾਂ ਦੇ ਕੋਲੋਂ ਖੋਹ ਕੇ ਲੈ ਗਈ ਸੀ। ਮੇਰੀ ਧੀਏ, ਮੇਰੀ ਬੱਚੀ, ਆਖਰ ਤੂੰ ਮੈਨੂੰ ਮਿਲੀ ਗਈ। ਪੂਰੀ ਕਹਾਣੀ ਸੁਣ ਕੇ ਰਪੰਜ਼ਲ ਸਮਝ ਗਈ ਕਿ ਇਹ ਉਸਦੇ ਹੀ ਮਾਂ ਪਿਓ ਹਨ। ਉਹ ਉਹਨਾਂ ਦੀ ਗੱਲ ਜਾ ਲੱਗੀ। ਰਾਜਕੁਮਾਰ ਤੇ ਰਪੰਜ਼ਲ ਦਾ ਵਿਆਹ ਹੋਇਆ ਤੇ ਉਹ ਖੁਸ਼ੀ ਖੁਸ਼ੀ ਰਹਿਣ ਲੱਗੇ। ਤਾਂ ਟਾਵਰ ਵਿੱਚ ਫਸੀ ਚੁੜੈਲ ਦੇ ਨਾਲ ਕੀ ਹੋਇਆ? ਰਾਜਾ ਨੇ ਚੁੜੈਲ ਨੂੰ ਫੜਿਆ ਤੇ ਉਸੇ ਟਾਵਰ ਵਿੱਚ ਕੈਦ ਕਰ ਦਿੱਤਾ ਤੇ ਟਾਵਰ ਦੇ ਥੱਲੇ ਸੈਨਿਕ ਤੈਨਾਤ ਕਰ ਦਿੱਤੇ ਤਾਂ ਜੋ ਚੁੜੈਲ ਉੱਥੋਂ ਭੱਜ ਨਾ ਸਕੇ। ਚੁੜੈਲ ਦੇ ਨਾਲ ਹੀ ਉਹਦੇ ਗਹਿਰੇ ਜਾਦੂਈ ਰਹੱਸ ਵੀ ਗਾਇਬ ਹੋ ਗਏ। ਇੱਕ ਸਮੇਂ ਦੀ ਗੱਲ ਹੈ, ਇਹ ਗਰੀਬ ਵਿਧਵਾ ਜਨਾਨੀ ਆਪਣੇ ਪੁੱਤਰ ਦੇ ਨਾਲ ਰਹਿੰਦੀ ਸੀ। ਉਸਦਾ ਬੇਟਾ ਜੈਕ ਕੰਮ ਨਹੀਂ ਕਰਦਾ ਸੀ ਕਿਉਂਕਿ ਉਹ ਬਹੁਤ ਆਲਸੀ ਸੀ। ਇਸੇ ਵਜ੍ਹਾ ਕਰਕੇ ਉਹਨਾਂ ਦੇ ਕੋਲ ਪੈਸੇ ਨਹੀਂ ਹੁੰਦੇ ਸੀ। ਮਾਂ, ਖਾਣ ਲਈ ਕੁਛ ਹੈ? ਮੈਨੂੰ ਭੁੱਖ ਲੱਗੀ ਹੈ। ਦਿਨ ਗੁਜ਼ਰਦੇ ਗਏ, ਉਹ ਲੋਕ ਹੋਰ ਗਰੀਬ ਹੁੰਦੇ ਗਏ। ਇੱਕ ਵਕਤ ਆਇਆ ਜਦ ਉਹਨਾਂ ਨੂੰ ਆਪਣੀ ਗਾਂ ਮਿਲਕ ਵਾਈਟ ਵੀ ਵੇਚਣੀ ਪਈ ਕਿਉਂਕਿ ਉਹ ਉਹਨੂੰ ਖਾਣ ਲਈ ਵੀ ਨਹੀਂ ਦੇ ਪਾ ਰਹੇ ਸੀ। ਜੈਕ ਦੀ ਮਾਂ ਨੇ ਉਸਨੂੰ ਕਿਹਾ ਕਿ ਗਾਂ ਨੂੰ ਬਾਜ਼ਾਰ ਵਿੱਚ ਜਾ ਕੇ ਸਭ ਤੋਂ ਉੱਚੇ ਮੁੱਲ ਤੇ ਵੇਚੀ, ਸ਼ਾਇਦ ਫਿਰ ਉਹ ਖਾਣ ਦੇ ਲਈ ਕੁਝ ਖਰੀਦ ਸਕਣ। ਬਾਜ਼ਾਰ ਜਾਂਦੇ ਟਾਈਮ ਜੈਕ ਨੂੰ ਇੱਕ ਅਜੀਬ ਵਿਖਣ ਵਾਲਾ ਬੁੱਢਾ ਮਿਲਿਆ। ਉਸ ਬੁੱਢੇ ਆਦਮੀ ਨੇ ਗਾਂ ਦੇ ਵੱਲ ਵੇਖਿਆ ਅਤੇ ਜੈਕ ਨੂੰ ਕਿਹਾ, ਹੈਲੋ ਮੇਰੇ ਬੱਚੇ, ਜੇ ਤੂੰ ਮੈਨੂੰ ਆਪਣੀ ਗਾਂ ਦੇਵੇਂਗਾ ਤਾਂ ਮੈਂ ਤੈਨੂੰ ਉਹਦੇ ਬਦਲੇ ਬਹੁਤ ਹੀ ਕੀਮਤੀ ਚੀਜ਼ ਦੇਵਾਂਗਾ। ਜੈਕ ਇਹ ਸੁਣ ਕੇ ਕਾਫੀ ਖੁਸ਼ ਹੋਇਆ। ਬੁੱਢੇ ਆਦਮੀ ਨੇ 5 ਬੀਨਸ ਆਪਣੀ ਜੇਬ ਤੋਂ ਕੱਢੀਆਂ। ਬੀਨਸ? ਪਰ ਇਹ ਜਾਦੂਈ ਬੀਨਸ ਹਨ। ਜੈਕ ਨੂੰ ਉਹਦੇ ਤੇ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ, ਪਰ ਉਸ ਬੁੱਢੇ ਆਦਮੀ ਨੇ ਜ਼ੋਰ ਦੇ ਕੇ ਕਿਹਾ, ਸੁਣ ਮੇਰੇ ਬੱਚੇ, ਤੂੰ ਇੱਕ ਤੇਜ਼ ਤੇ ਹੁਸ਼ਿਆਰ ਮੁੰਡਾ ਹੈ, ਇਹ ਜਾਦੂਈ ਬੀਨਸ ਲੈ, ਤੈਨੂੰ ਪਛਤਾਵਾ ਨਹੀਂ ਹੋਏਗਾ, ਮੇਰੀ ਗੱਲ ਮੰਨ ਲੈ। ਜੈਕ ਨੇ ਉਹਦੇ ਤੇ ਵਿਸ਼ਵਾਸ ਕੀਤਾ ਅਤੇ ਉਹਨਾਂ ਜਾਦੂਈ ਬੀਨਸ ਦੇ ਬਦਲੇ ਆਪਣੀ ਗਾਂ ਮਿਲਕ ਵਾਈਟ ਉਹਨੂੰ ਦੇ ਦਿੱਤੀ। ਆਪਣੇ ਕੰਮ ਤੋਂ ਖੁਸ਼ ਹੋ ਕੇ ਜੈਕ ਘਰ ਵੱਲ ਦੌੜਿਆ। ਮਾਂ, ਵੇਖ ਮੈਂ ਕੀ ਲਿਆਇਆ ਹਾਂ। ਜੈਕ ਨੂੰ ਇੰਨਾ ਖੁਸ਼ ਵੇਖ ਕੇ ਉਹਦੀ ਮਾਂ ਨੂੰ ਇਹ ਲੱਗਿਆ ਕਿ ਉਹ ਗਾਂ ਨੂੰ ਬਹੁਤ ਹੀ ਚੰਗੇ ਮੁੱਲ ਤੇ ਵੇਚ ਕੇ ਆਇਆ ਹੈ। ਜਦੋਂ ਜੈਕ ਨੇ ਆਪਣੀ ਮਾਂ ਨੂੰ ਜਾਦੂਈ ਬੀਨਸ ਵਿਖਾਈਆਂ ਤਾਂ ਉਹ ਨਾਰਾਜ਼ ਹੋ ਗਈ। ਉਹਨੇ ਉਹਨਾਂ ਜਾਦੂਈ ਬੀਨਸ ਨੂੰ ਗਾਰਡਨ ਵਿੱਚ ਸੁੱਟ ਦਿੱਤਾ ਅਤੇ ਜੈਕ ਨੂੰ ਆਪਣੇ ਕਮਰੇ ਵਿੱਚ ਜਾਣ ਦੇ ਲਈ ਕਿਹਾ। ਤੂੰ ਆਪਣੇ ਕਮਰੇ ਵਿੱਚ ਹੀ ਰਹੇਗਾ ਜਦ ਤੱਕ ਮੈਂ ਤੈਨੂੰ ਬਾਹਰ ਆਉਣ ਦੇ ਲਈ ਨਹੀਂ ਕਹਿੰਦੀ ਤੇ ਅੱਜ ਤੈਨੂੰ ਕੋਈ ਖਾਣਾ ਨਹੀਂ ਮਿਲੇਗਾ। ਸਵੇਰੇ ਜੈਕ ਨੇ ਆਪਣੀ ਬਾਰੀ ਤੋਂ ਬਾਹਰ ਝਾਂਕਿਆ ਤਾਂ ਉਹ ਹੈਰਾਨ ਹੋ ਗਿਆ
ਉਹਦੇ ਕਮਰੇ ਦੀ ਬਾਰੀ ਤੋਂ ਉਹਨੇ ਵੇਖਿਆ ਕਿ ਇੱਕ ਪੌਦਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ। ਇਹ ਨਾ ਤਾਂ ਕੋਈ ਸਧਾਰਨ ਪੇੜ ਸੀ ਤੇ ਨਾ ਹੀ ਕੋਈ ਫੁੱਲ, ਇਹ ਜਾਦੂਈ ਬੀਨਸ ਦਾ ਪੇੜ ਸੀ। ਜੈਕ ਨੇ ਉਸ ਵੱਡੇ ਬੀਨ ਦੇ ਪੇੜ ਤੇ ਛਾਲ ਮਾਰੀ ਤੇ ਉਹਦੇ ਟੇਢੇ ਮੇਢੇ ਪੱਤਿਆਂ ਤੇ ਪੌੜੀਆਂ ਦੀ ਤਰ੍ਹਾਂ ਚੜ੍ਹਨ ਲੱਗਾ। ਕੁਝ ਦੇਰ ਚੜ੍ਹਨ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਇੱਕ ਅਜੀਬ ਜਗ੍ਹਾ ਤੇ ਪਾਇਆ। ਉੱਥੇ ਸਭ ਕੁਝ ਵੱਡਾ ਸੀ। ਉਹਨੇ ਇੱਕ ਫੁੱਲਾਂ ਨਾਲ ਭਰਿਆ ਰਸਤਾ ਵੇਖਿਆ ਜਿਸ ਦੇ ਕਿਨਾਰੇ ਤੇ ਇੱਕ ਵੱਡਾ ਜਿਹਾ ਘਰ ਸੀ। ਜੈਕ ਉਸ ਘਰ ਦੇ ਵੱਲ ਪਹੁੰਚਿਆ ਅਤੇ ਉਹਨੇ ਬੂਹਾ ਖੜਕਾਇਆ। ਇੱਕ ਵੱਡੀ ਜਿਹੀ ਜਨਾਨੀ ਨੇ ਅੰਦਰੋਂ ਜਵਾਬ ਦਿੱਤਾ। ਮੈਂ ਤੁਹਾਡੇ ਤੋਂ ਪੁੱਛਣ ਵਾਲਾ ਸੀ ਕਿ ਤੁਹਾਡੇ ਕੋਲ ਖਾਣ ਲਈ ਕੁਝ ਹੈ। ਹਾਂ ਹੈਗਾ, ਪਰ ਤੈਨੂੰ ਮੇਰੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਇੱਥੋਂ ਜਾਣਾ ਪਵੇਗਾ, ਕਿਉਂਕਿ ਮੇਰੇ ਘਰ ਵਾਲੇ ਨੂੰ ਨਿੱਕੇ ਬੱਚੇ ਬਹੁਤ ਪਸੰਦ ਹਨ ਅਤੇ ਉਹ ਉਹਨਾਂ ਨੂੰ ਖਾ ਜਾਂਦਾ ਹੈ। ਜੈਕ ਬਹੁਤ ਡਰਿਆ ਹੋਇਆ ਸੀ ਪਰ ਉਨਾ ਹੀ ਭੁੱਖਾ ਵੀ ਸੀ। ਜਿਵੇਂ ਹੀ ਉਹ ਕੁਝ ਖਾਣ ਦੇ ਲਈ ਟੇਬਲ ਤੇ ਬੈਠਿਆ, ਉਹਨੇ ਸੁਣਿਆ ਕਿ ਕੋਈ ਗਹਿਰੀ ਆਵਾਜ਼ ਵਿੱਚ ਬਾਹਰ ਗੱਲਾਂ ਕਰ ਰਿਹਾ ਸੀ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ, ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਉਸ ਜਨਾਨੀ ਨੇ ਜੈਕ ਨੂੰ ਆਵਾਜ਼ ਦਿੱਤੀ। ਹੁਣੇ ਇਸੇ ਵੇਲੇ ਜਾ ਕੇ ਅਵਨ ਵਿੱਚ ਲੁੱਕ ਜਾ ਨਿੱਕੇ ਬੱਚੇ। ਜੈਕ ਅਵਨ ਵਿੱਚ ਜਾ ਕੇ ਲੁੱਕ ਗਿਆ। ਉਹ ਰਾਕਸ਼ਸ ਕਿਚਨ ਵਿੱਚ ਜਾ ਕੇ ਸੁੰਘਣ ਲੱਗਿਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਤੁਸੀਂ ਕੀ ਕਹਿ ਰਹੇ ਹੋ ਜੀ? ਸ਼ਾਇਦ ਤੁਹਾਨੂੰ ਉਸ ਮੀਟ ਦੀ ਖੁਸ਼ਬੂ ਆ ਰਹੀ ਹੈ ਜਿਹੜਾ ਮੈਂ ਕੱਲ ਬਿੱਲੀ ਨੂੰ ਖਵਾਇਆ ਸੀ। ਖਾਣਾ ਹੋ ਜਾਣ ਤੋਂ ਬਾਅਦ ਉਹ ਰਾਕਸ਼ਸ ਆਪਣੇ ਸੋਨੇ ਦੇ ਸਿੱਕੇ ਗਿਣਨ ਲੱਗਾ। ਕੁਝ ਚਿਰ ਬਾਅਦ ਉਹ ਗਿਣਦੇ ਗਿਣਦੇ ਥੱਕ ਗਿਆ ਅਤੇ ਸੌਂ ਗਿਆ। ਜੈਕ ਅਵਨ ਵਿੱਚੋਂ ਬਾਹਰ ਆਇਆ ਤੇ ਉਹਨੇ ਸੋਨੇ ਦਾ ਬੈਗ ਲੈ ਲਿਆ। ਉਹਨੇ ਬੈਗ ਨੂੰ ਬੀਨ ਦੇ ਪੇੜ ਦੇ ਥੱਲੇ ਸੁੱਟਿਆ ਅਤੇ ਉਹ ਪੇੜ ਤੋਂ ਥੱਲੇ ਉਤਰਨ ਲੱਗਾ। ਉਹਨੇ ਸੋਨੇ ਦੇ ਭਰੇ ਬੈਗ ਨੂੰ ਚੱਕਿਆ ਅਤੇ ਘਰ ਦੇ ਅੰਦਰ ਦੌੜਦਾ ਹੋਇਆ ਗਿਆ। ਜੈਕ ਦੀ ਮਾਂ ਨੇ ਸੋਨੇ ਨੂੰ ਵੇਖਿਆ ਤਾਂ ਉਹ ਬਹੁਤ ਖੁਸ਼ ਹੋਈ। ਉਸ ਦਿਨ ਤੋਂ ਬਾਅਦ ਉਹ ਕਦੇ ਗਰੀਬ ਨਹੀਂ ਰਹੇ। ਪਰ ਕੁਝ ਮਹੀਨਿਆਂ ਬਾਅਦ ਜੋ ਕੁਝ ਵੀ ਸੋਨੇ ਦਾ ਉਹਨਾਂ ਕੋਲ ਸੀ ਉਹ ਖਤਮ ਹੋ ਗਿਆ। ਜਦ ਹੋਰ ਕੋਈ ਰਸਤਾ ਨਹੀਂ ਸੀ, ਜੈਕ ਫਿਰ ਤੋਂ ਬੀਨ ਦੇ ਪੇੜ ਤੇ ਚੜ੍ਹ ਕੇ ਉਸ ਰਾਕਸ਼ਸ ਦੇ ਘਰ ਪੁੱਜਿਆ। ਪਿਛਲੀ ਵਾਰ ਜਦੋਂ ਤੂੰ ਇੱਥੇ ਆਇਆ ਸੀ ਤਾਂ ਸਾਡਾ ਇੱਕ ਸੋਨੇ ਦਾ ਬੈਗ ਚੋਰੀ ਹੋ ਗਿਆ ਸੀ। ਪਰ ਫਿਰ ਵੀ ਉਹਨੇ ਜੈਕ ਨੂੰ ਪਿਆਰ ਨਾਲ ਅੰਦਰ ਬੁਲਾਇਆ। ਥੋੜੀ ਦੇਰ ਵਿੱਚ ਰਾਕਸ਼ਸ ਘਰ ਪਹੁੰਚਿਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ, ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ।
ਰਾਕਸ਼ਸ ਦੀ ਆਵਾਜ਼ ਸੁਣਦੀ ਜੈਕ ਅਵਨ ਵਿੱਚ ਜਾ ਕੇ ਲੁਕ ਗਿਆ। ਖਾਣਾ ਹੋ ਜਾਣ ਮਗਰੋਂ ਰਾਕਸ਼ਸ ਨੇ ਆਪਣੀ ਘਰਵਾਲੀ ਨੂੰ ਮੁਰਗੀ ਲਿਆਉਣ ਦੇ ਲਈ ਕਿਹਾ। ਜਦੋਂ ਘਰਵਾਲੀ ਮੁਰਗੀ ਲੈ ਕੇ ਆਈ, ਉਹਨੇ ਉਸ ਮੁਰਗੀ ਨੂੰ ਅੰਡਾ ਦੇਣ ਲਈ ਕਿਹਾ। ਜੈਕ ਨੂੰ ਇਹ ਵੇਖ ਕੇ ਤਾਜਬ ਹੋਇਆ ਕਿ ਉਸ ਮੁਰਗੀ ਨੇ ਸੋਨੇ ਦਾ ਅੰਡਾ ਦਿੱਤਾ। ਤੇ ਜਦੋਂ ਰਾਕਸ਼ਸ ਸੌਂ ਗਿਆ, ਜੈਕ ਅਵਨ ਵਿੱਚੋਂ ਬਾਹਰ ਆਇਆ ਤੇ ਉਸਨੇ ਮੁਰਗੀ ਨੂੰ ਚੱਕਿਆ ਅਤੇ ਥੱਲੇ ਵੱਲ ਦੌੜਿਆ। ਸੋਨੇ ਦੇ ਅੰਡਿਆਂ ਦੀ ਵਜ੍ਹਾ ਨਾਲ ਜੈਕ ਤੇ ਉਹਦੀ ਮਾਂ ਫਿਰ ਤੋਂ ਅਮੀਰ ਹੋ ਗਏ ਸੀ। ਪਰ ਕੁਝ ਸਮੇਂ ਬਾਅਦ ਜੈਕ ਨੇ ਫਿਰ ਤੋਂ ਆਪਣਾ ਲੱਕ ਟਰਾਈ ਕਰਨ ਦੀ ਸੋਚੀ ਅਤੇ ਉਹ ਬੀਨ ਦੇ ਪੇੜ ਤੇ ਚੜ ਗਿਆ। ਇਸ ਵਾਰ ਉਹ ਰਾਕਸ਼ਸ ਦੇ ਘਰ ਵਿੱਚ ਚੁੱਪਕੇ ਨਾਲ ਵੜ ਗਿਆ, ਉਹਦੀ ਘਰਵਾਲੀ ਤੋਂ ਲੁਕਦੇ ਹੋਏ, ਅਤੇ ਵੱਡੇ ਜਿਹੇ ਕਾਪਰ ਦੀ ਪੋਟ ਵਿੱਚ ਜਾ ਕੇ ਲੁਕ ਕੇ ਬਹਿ ਗਿਆ। ਥੋੜੀ ਦੇਰ ਮਗਰੋਂ ਰਾਕਸ਼ਸ ਆਇਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ, ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਇਸ ਵਾਰ ਰਾਕਸ਼ਸ ਦੀ ਘਰਵਾਲੀ ਨੇ ਜੈਕ ਨੂੰ ਪਕੜਵਾਉਣ ਦਾ ਤੈਅ ਕੀਤਾ। ਜੇ ਕੋਈ ਬੱਚਾ ਹੈ ਤਾਂ ਸ਼ਾਇਦ ਅਵਨ ਵਿੱਚ ਹੋਵੇਗਾ। ਜੈਕ ਕਿਤੇ ਹੋਰ ਲੁਕਿਆ ਸੀ। ਰਾਕਸ਼ਸ ਅਤੇ ਉਹਦੀ ਘਰਵਾਲੀ ਨੇ ਸਾਰਾ ਘਰ ਛਾਨ ਮਾਰਿਆ, ਪਰ ਉਹਨਾਂ ਨੂੰ ਬੱਚਾ ਨਹੀਂ ਮਿਲਿਆ। ਖਾਣ ਤੋਂ ਬਾਅਦ ਰਾਕਸ਼ਸ ਨੇ ਸੋਨੇ ਦੀ ਵੀਣਾ ਟੇਬਲ ਤੇ ਰੱਖੀ ਅਤੇ ਉਹਨੂੰ ਵਜਣ ਦਾ ਹੁਕਮ ਦਿੱਤਾ। ਵੀਣਾ ਵਜਣ ਲੱਗੀ ਅਤੇ ਰਾਕਸ਼ਸ ਸੌਂ ਗਿਆ। ਇਸ ਵਾਰ ਜੈਕ ਨੂੰ ਇਹ ਵੀਣਾ ਕਿਸੇ ਵੀ ਕੀਮਤ ਤੇ ਹਾਸਲ ਕਰਨੀ ਸੀ। ਇਸ ਲਈ ਉਹ ਰਾਕਸ਼ਸ ਦੇ ਗੋਡਿਆਂ ਤੇ ਚੜ੍ਹਦਾ ਹੋਇਆ ਟੇਬਲ ਤੇ ਪਹੁੰਚਿਆ। ਪਰ ਕੁਝ ਅਜਿਹਾ ਹੋਇਆ ਜੋ ਉਹ ਸੋਚ ਵੀ ਨਹੀਂ ਸਕਦਾ ਸੀ। ਹੈਲਪ! ਵੀਣਾ ਚੀਖੀ। ਜੈਕ ਨੇ ਵੀਣਾ ਨੂੰ ਆਪਣੀ ਪਿੱਠ ਤੇ ਲੈ ਕੇ ਟੇਬਲ ਤੋਂ ਛਾਲ ਮਾਰੀ। ਰਾਕਸ਼ਸ ਉੱਠ ਗਿਆ ਅਤੇ ਜੈਕ ਦੇ ਪਿੱਛੇ ਦੌੜਿਆ। ਜੈਕ ਬੀਨ ਦੇ ਪੇੜ ਤੋਂ ਤੇਜ਼ੀ ਨਾਲ ਉਤਰਨ ਲੱਗਾ ਅਤੇ ਰਾਕਸ਼ਸ ਉਹਦੇ ਪਿੱਛੇ ਪਿੱਛੇ। ਜਦ ਉਹ ਘਰ ਪਹੁੰਚਿਆ, ਜੈਕ ਨੇ ਆਪਣੀ ਮਾਂ ਨੂੰ ਬੁਲਾਇਆ। ਮਾਂ, ਛੇਤੀ ਤਿਆਰ ਵੀ ਨਾਲ ਲਿਆਈ। ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟਣਾ ਸ਼ੁਰੂ ਕੀਤਾ। ਆਖਰ ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟ ਦਿੱਤਾ ਅਤੇ ਰਾਕਸ਼ਸ ਜ਼ੋਰ ਨਾਲ ਥੱਲੇ ਜ਼ਮੀਨ ਤੇ ਆ ਡਿੱਗਿਆ। ਉਹ ਦੋਨੋਂ ਰਾਕਸ਼ਸ ਤੋਂ ਬਚ ਗਏ ਸੀ। ਸ਼ੁਕਰ ਹੈ ਰੱਬਾ, ਅਸੀਂ ਬਚ ਗਏ। ਉਹ ਲੋਕ ਠੀਕ ਸੀ, ਪਰ ਜੈਕ ਨੂੰ ਆਪਣੀ ਹਰਕਤ ਤੇ ਕਾਫੀ ਪਛਤਾਵਾ ਹੋ ਰਿਹਾ ਸੀ। ਉਹ ਆਪਣੇ ਲਾਲਚ ਦੇ ਕਰਕੇ ਅੱਜ ਆਪਣੀ ਜਾਨ ਗਵਾਉਣ ਵਾਲਾ ਸੀ। ਉਹਨੇ ਆਪਣੀ ਮਾਂ ਨੂੰ ਵਾਅਦਾ ਕੀਤਾ ਕਿ ਉਹ ਕਦੇ ਵੀ ਚੋਰੀ ਨਹੀਂ ਕਰੇਗਾ ਅਤੇ ਉਹ ਕੱਲ੍ਹ ਤੋਂ ਬਹੁਤ ਮਿਹਨਤ ਕਰੇਗਾ। ਉਸ ਦਿਨ ਤੋਂ ਬਾਅਦ ਜੈਕ ਤੇ ਉਹਦੀ ਮਾਂ ਕਦੇ ਵੀ ਗਰੀਬ ਨਹੀਂ ਰਹੇ। ਹਾਂ, ਉਹਨਾਂ ਦੇ ਕੋਲ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸੀ,
ਮਦਦ ਦੇ ਲਈ। ਪਰ ਜੈਕ ਨੇ ਵੀ ਕੰਮ ਕਰਨਾ ਨਹੀਂ ਛੱਡਿਆ। ਕਈ ਸਾਲ ਪਹਿਲਾਂ ਇੱਕ ਕਿੰਗਡਮ ਹੋਇਆ ਕਰਦਾ ਸੀ, ਖੁਸ਼ੀਆਂ ਨਾਲ ਭਰਿਆ ਹੋਇਆ ਇੱਕ ਕਿੰਗਡਮ। ਇਸ ਕਿੰਗਡਮ ਦੇ ਕਿੰਗ ਅਤੇ ਕੁਈਨ ਦੀ ਬਸ ਇੱਕੋ ਇੱਛਾ ਸੀ ਕਿ ਉਹਨਾਂ ਦਾ ਇੱਕ ਜਵਾਕ ਹੋਵੇ। ਕਿੰਗ ਅਤੇ ਕੁਈਨ ਦੋਨੋਂ ਬੜੇ ਦਿਆਲੂ ਸੀ, ਤਾਂ ਹੀ ਉਹ ਤਾਂ ਉਹਨਾਂ ਨੂੰ ਭਰੋਸਾ ਸੀ ਕਿ ਉਹਨਾਂ ਦੀ ਇਹ ਇੱਛਾ ਰੱਬ ਜ਼ਰੂਰ ਪੂਰੀ ਕਰੇਗਾ। ਅਤੇ ਬਹੁਤ ਛੇਤੀ ਉਹਨਾਂ ਦੀ ਇਹ ਇੱਛਾ ਪੂਰੀ ਹੋ ਗਈ। ਉਹਨਾਂ ਦੀ ਜ਼ਿੰਦਗੀ ਵਿੱਚ ਆਈ ਇੱਕ ਪਿਆਰੀ ਧੀ। ਕੁੜੀ ਦੇ ਚਿਹਰੇ 'ਤੇ ਸੂਰਜ ਦੀ ਰੌਸ਼ਨੀ ਵਰਗੀ ਚਮਕ ਸੀ, ਇਸ ਕਰਕੇ ਉਹਨਾਂ ਨੇ ਉਹਦਾ ਨਾਮ ਰੱਖਿਆ ਪ੍ਰਿੰਸੈਸ ਅਰੋਰਾ, ਯਾਨੀ ਰੌਸ਼ਨੀ। ਆਪਣੀ ਖੁਸ਼ੀ ਸਾਰਿਆਂ ਨਾਲ ਵੰਡਣ ਲਈ ਉਹਨਾਂ ਨੇ ਇੱਕ ਪਾਰਟੀ ਰੱਖੀ। ਪਾਰਟੀ ਵਿੱਚ ਸਭ ਨੂੰ ਸੱਦਿਆ ਗਿਆ, ਸੁਨਹਿਰੇ ਜੰਗਲ ਵਿੱਚ ਰਹਿਣ ਵਾਲੀ ਪਰੀਆਂ ਨੂੰ ਵੀ। ਕਿੰਗ ਅਤੇ ਕੁਈਨ ਤੋਂ ਇੱਕ ਗਲਤੀ ਹੋ ਗਈ, ਉਹ ਇੱਕ ਪਰੀ ਨੂੰ ਸੱਦਣਾ ਭੁੱਲ ਗਏ। ਪੂਰੇ ਕਿੰਗਡਮ ਤੋਂ ਲੋਕੀ ਆਏ ਅਤੇ ਆਲੇ ਦੁਆਲੇ ਦੇ ਕਿੰਗਡਮ ਦੇ ਕਿੰਗਸ ਅਤੇ ਕੁਈਨਸ ਵੀ ਅਰੋਰਾ ਨੂੰ ਆਪਣੀ ਬਲੈਸਿੰਗਸ ਅਤੇ ਗਿਫਟਸ ਦੇ ਕੇ ਗਏ। ਅਤੇ ਫਿਰ ਬਾਰੀ ਆਈ 12 ਪਰੀਆਂ ਦੀ। ਉਹਨਾਂ ਨੇ ਅਰੋਰਾ ਨੂੰ ਬਹੁਤ ਐਕਸਕਲੂਸਿਵ ਗਿਫਟਸ ਦਿੱਤੇ। ਆਪਣੇ ਮੈਜਿਕ ਵਾਂਡ ਨਾਲ ਉਹਨਾਂ ਨੇ ਉਹਨੂੰ ਹਰ ਵਿਸ਼ ਪੂਰੀ ਹੋਣ ਦਾ ਗਿਫਟ ਦਿੱਤਾ। ਅਖੀਰ ਵਿੱਚ ਸਿਰਫ 3 ਪਰੀਆਂ ਬਚੀਆਂ। ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਹਮੇਸ਼ਾ ਤੈਨੂੰ ਮਿਲਣ, ਤੂੰ ਹਮੇਸ਼ਾ ਹੀ ਖੁਸ਼ ਰਹੇਗੀ, ਗਮ ਤੇਰੇ ਨੇੜੇ ਤੇੜੇ ਵੀ ਨਹੀਂ ਆਵੇਗਾ। ਜੀਵੇ ਹੀ ਆਖਰੀ ਪਰੀ ਦੀ ਬਾਰੀ ਆਈ, ਕੁਛ ਅਜੀਬ ਹੋਇਆ। ਹਰ ਪਾਸੇ ਹਰੇ ਰੰਗ ਦਾ ਧੂੰਆਂ ਫੈਲਣ ਲੱਗਿਆ। ਅਤੇ ਧੂਏ ਵਿੱਚੋਂ ਨਿਕਲੀ ਇੱਕ ਕਾਲੀ ਪਰੀ। ਕਿੰਗ ਨੇ ਪੁੱਛਿਆ, ਇਹ ਕੌਣ ਹੈ ਜਿਹਨੇ ਸੈਲੀਬ੍ਰੇਸ਼ਨ ਨੂੰ ਰੋਕ ਦਿੱਤਾ? ਤਿੰਨਾਂ ਪਰੀਆਂ ਨੇ ਦੱਸਿਆ, ਇਹ ਡਾਢੇ ਦਿਲ ਵਾਲੀ ਪਰੀ ਹੈ। ਮਹਾਰਾਜ, ਤੁਸੀਂ ਤਾਂ ਸਾਰਿਆਂ ਨੂੰ ਬੁਲਾਇਆ ਸੀ ਪਾਰਟੀ ਵਿੱਚ, ਇਸ ਕਿੰਗਡਮ ਦੇ ਇੱਕ ਇੱਕ ਬੰਦੇ ਨੂੰ ਤੇ ਬਾਹਰੋਂ ਆਪਣੇ ਦੋਸਤਾਂ ਨੂੰ ਤੇ ਇਹਨਾਂ ਪਰੀਆਂ ਨੂੰ ਵੀ, ਪਰ ਮੈਨੂੰ ਨਹੀਂ ਬੁਲਾਇਆ। ਕਿੰਗ ਨੇ ਕਾਲੀ ਪਰੀ ਤੋਂ ਮਾਫੀ ਮੰਗੀ। ਖੈਰ, ਮੈਂ ਆ ਹੀ ਗਈ ਹਾਂ ਤਾਂ ਪ੍ਰਿੰਸੈਸ ਨੂੰ ਗਿਫਟ ਦਿੱਤੇ ਬਿਨਾਂ ਕਿਵੇਂ ਜਾਵਾਂਗੀ? ਪ੍ਰਿੰਸੈਸ ਦੀ ਜ਼ਿੰਦਗੀ ਪਿਆਰ ਅਤੇ ਦੌਲਤ ਨਾਲ ਭਰਪੂਰ ਹੋਵੇਗੀ। ਪਰ ਆਪਣੇ 16ਵੇਂ ਜਨਮ ਦਿਨ ਤੇ ਸੂਰਜ ਡੁੱਬਣ ਤੋਂ ਪਹਿਲਾਂ ਪ੍ਰਿੰਸੈਸ ਨੂੰ ਇੱਕ ਸੂਈ ਚੁੱਭੇਗੀ ਅਤੇ ਉਹਦੀ ਮੌਤ ਹੋ ਜਾਵੇਗੀ। ਇਸ ਦੁਸ਼ਟ ਨੂੰ ਕੈਦ ਕਰ ਲਿਓ, ਕਿੰਗ ਗੁੱਸੇ ਨਾਲ ਬੋਲਿਆ। ਪਰ ਕਾਲੀ ਪਰੀ ਹੱਸਦੇ ਹੋਏ ਗਾਇਬ ਹੋ ਗਈ। ਹਲੇ ਤੱਕ ਆਖਰੀ ਪਰੀ ਨੇ ਆਪਣਾ ਗਿਫਟ ਨਹੀਂ ਦਿੱਤਾ ਸੀ। ਉਹ ਕਾਲੀ ਪਰੀ ਜਿੰਨੀ ਪਾਵਰਫੁਲ ਨਹੀਂ ਸੀ, ਪਰ ਉਹਦੀ ਬਲੈਸਿੰਗਸ ਨਾਲ
ਕਾਲੀ ਪਰੀ ਦੇ ਸ਼ਰਾਪ ਦਾ ਅਸਰ ਘੱਟ ਹੋ ਸਕਦਾ ਸੀ। ਮੈਂ ਸ਼ਰਾਪ ਨੂੰ ਤਾਂ ਨਹੀਂ ਰੋਕ ਸਕਦੀ, ਪਰ ਉਹਦੇ ਅਸਰ ਨੂੰ ਹੌਲਾ ਕਰ ਸਕਦੀ ਹਾਂ। ਤੁਹਾਡੀ ਮੌਤ ਨਾ ਹੋਵੇ, ਬਲਕਿ ਤੁਸੀਂ ਇੱਕ ਡੂੰਘੀ ਨੀਂਦ ਵਿੱਚ ਚਲੀ ਜਾਵੋ ਅਤੇ ਉਦੋਂ ਉੱਠੋ ਜਦੋਂ ਤੁਹਾਨੂੰ ਪਿਆਰ ਕਰਨ ਵਾਲਾ ਤੁਹਾਨੂੰ ਕਿਸ ਕਰੇ। ਕਿੰਗ ਨੇ ਇਸ ਸ਼ਰਾਪ ਤੋਂ ਬਚਣ ਵਾਸਤੇ ਹੁਕਮ ਦਿੱਤਾ ਕਿ ਸੂਈ ਜਾਂ ਉਹਦੇ ਵਰਗੀ ਕੋਈ ਵੀ ਚੀਜ਼ ਨੂੰ ਖਤਮ ਕਰ ਦਿੱਤਾ ਜਾਵੇ। ਪਰੀਆਂ ਦੇ ਗਿਫਟਸ ਦੇ ਨਾਲ ਪ੍ਰਿੰਸੈਸ ਅਰੋਰਾ ਬੜੀ ਖੂਬਸੂਰਤੀ ਨਾਲ ਵੱਡੀ ਹੋ ਰਹੀ ਸੀ। ਇੱਕ ਦਿਨ ਕਿੰਗ ਨੇ ਹੁਕਮ ਦਿੱਤਾ ਤਿੰਨਾਂ ਪਰੀਆਂ ਨੂੰ ਅਰੋਰਾ ਦਾ ਖਿਆਲ ਰੱਖਣ ਵਾਸਤੇ। ਇਹ ਜ਼ਰਾ ਮੁਸ਼ਕਿਲ ਹੋ ਗਿਆ ਸੀ ਕਿਉਂਕਿ ਅਰੋਰਾ ਕਿਸੇ ਦੇ ਵੀ ਹੱਥੀ ਨਹੀਂ ਆਉਂਦੀ ਸੀ, ਪਰ ਉਹਨਾਂ ਦੀ ਮਦਦ ਨਾਲ ਅਰੋਰਾ ਬਹੁਤ ਸੋਹਣੀ ਮੁਟਿਆਰ ਬਣ ਚਲੀ। ਵੇਖਦੇ ਹੀ ਵੇਖਦੇ ਅਰੋਰਾ ਦਾ 16ਵਾਂ ਜਨਮਦਿਨ ਵੀ ਆ ਗਿਆ। ਸੂਰਜ ਦੇ ਡੁੱਬਦੇ ਹੀ ਕਾਲੀ ਪਰੀ ਦਾ ਸ਼ਰਾਪ ਸੱਚ ਹੋਣ ਵਾਲਾ ਸੀ। ਕਿੰਗ ਅਤੇ ਕੁਈਨ ਨੇ ਸਭ ਕੁਝ ਕੀਤਾ ਤਾਂ ਕਿ ਇਹ ਨਾ ਹੋਵੇ, ਪਰ ਉਹਨਾਂ ਦੇ ਬਸ ਵਿੱਚ ਸਭ ਕੁਝ ਕਿੱਥੇ ਸੀ। ਉਹਨਾਂ ਨੇ ਪ੍ਰਿੰਸੈਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਉਹਦੀ ਭਲਾਈ ਵਾਸਤੇ। ਅਰੋਰਾ ਨੂੰ ਇਹਦੀ ਵਜ੍ਹਾ ਨਹੀਂ ਪਤਾ ਸੀ ਅਤੇ ਉਹਨੂੰ ਬੁਰਾ ਲੱਗਿਆ। ਅਚਾਨਕ ਇੱਕ ਬੂਹਾ ਕਿਤੋਂ ਪ੍ਰਗਟ ਹੋਇਆ ਅਤੇ ਅਰੋਰਾ ਨੂੰ ਆਪਣੇ ਵੱਲ ਖਿੱਚ ਕੇ ਲੈ ਗਿਆ। ਬੂਹਾ ਖੁੱਲਿਆ ਅਤੇ ਉਹ ਆਪਣੀ ਧੁਨ ਵਿੱਚ ਉਹਦੇ ਅੰਦਰ ਨੂੰ ਤੁਰਨ ਲੱਗੀ ਅਤੇ ਉਹਨੂੰ ਦਿਸੀ ਇੱਕ ਜਨਾਨੀ ਸਿਲਾਈ ਕਰਦੀ ਹੋਈ। ਉਸੇ ਧੁਨ ਵਿੱਚ ਅਰੋਰਾ ਨੇ ਸੂਈ ਵੱਲ ਆਪਣਾ ਹੱਥ ਵਧਾਇਆ। ਸੂਰਜ ਤੇ ਡੁੱਬਦੇ ਹੀ ਕਾਲੀ ਪਰੀ ਦਾ ਸ਼ਰਾਪ ਸੱਚ ਹੋਇਆ ਅਤੇ ਅਰੋਰਾ ਦਾ ਹੱਥ ਸੂਈ ਤੇ ਜਾ ਖੁੱਬਿਆ। ਉਸੇ ਵੇਲੇ ਅਰੋਰਾ ਥੱਲੇ ਡਿੱਗ ਪਈ ਆਪਣੀ ਡੂੰਘੀ ਮਿੱਠੀ ਨੀਂਦ ਵਿੱਚ। ਕਾਲੀ ਪਰੀ ਦਾ ਸ਼ਰਾਪ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਅਖੀਰਕਾਰ ਚੱਲ ਹੀ ਗਿਆ। ਪ੍ਰਿੰਸੈਸ ਨੂੰ ਸੋਹਣੇ ਕੱਪੜੇ ਪਾ ਕੇ ਫੁੱਲਾਂ ਦੇ ਬਿਸਤਰੇ ਤੇ ਸੁਲਾਇਆ ਗਿਆ। ਉਸ ਦਿਨ ਤੋਂ ਹੀ ਅਰੋਰਾ ਨੂੰ ਸਲੀਪਿੰਗ ਬਿਊਟੀ ਕਿਹਾ ਜਾਣ ਲੱਗ ਪਿਆ। ਕਿੰਗ ਤੇ ਕੁਈਨ ਨਹੀਂ ਚਾਹੁੰਦੇ ਸੀ ਕਿ ਪ੍ਰਿੰਸੈਸ ਨੂੰ ਕੋਈ ਵੀ ਤਕਲੀਫ ਵਿੱਚੋਂ ਲੰਘੇ, ਇਸ ਕਰਕੇ ਉਹਨਾਂ ਨੇ ਸਭ ਨੂੰ ਸੁਲਾਉਣ ਦਾ ਹੁਕਮ ਦਿੱਤਾ ਜਦ ਤੱਕ ਪ੍ਰਿੰਸੈਸ ਨਾ ਜਾਗੇ। ਸਾਲ ਲੰਘ ਗਏ। ਇੱਕ ਦਿਨ ਇੱਕ ਹੈਂਡਸਮ ਪ੍ਰਿੰਸ ਉੱਥੋਂ ਲੰਘ ਰਿਹਾ ਸੀ ਅਤੇ ਉਹਨੇ ਇਹ ਮਹਿਲ ਵੇਖਿਆ ਜਿਸ ਦੇ ਮੂਹਰੇ ਬਹੁਤ ਸਾਰੇ ਪੇੜ ਤੇ ਝਾੜੀਆਂ ਉੱਗ ਗਈਆਂ ਸੀ। ਸਿਪਾਹੀਆਂ ਨੇ ਉਹਨੂੰ ਇਸ ਮਹਿਲ ਅਤੇ ਸਲੀਪਿੰਗ ਬਿਊਟੀ ਦੀ ਕਹਾਣੀ ਦੱਸੀ। ਪ੍ਰਿੰਸ
ਉਸਨੂੰ ਇਹ ਕਹਾਣੀ ਬੜੀ ਦਿਲਚਸਪ ਲੱਗੀ ਅਤੇ ਉਹਨੇ ਅੰਦਰ ਜਾਣ ਦਾ ਫੈਸਲਾ ਕੀਤਾ। ਝਾੜੀਆਂ ਤੇ ਕੰਢੇ ਇੰਨੇ ਜ਼ਿਆਦਾ ਸੀ ਕਿ ਪ੍ਰਿੰਸ ਨੂੰ ਉਹਨਾਂ ਨੂੰ ਕੱਟ ਕੱਟ ਕੇ ਰਸਤਾ ਬਣਾ ਕੇ ਅੱਗੇ ਵਧਣਾ ਪਿਆ। ਅਖੀਰ ਵਿੱਚ ਉਹ ਬੂਹੇ ਤੇ ਪਹੁੰਚ ਗਿਆ। ਉਹਨੂੰ ਦੋ ਗਾਰਡ ਸੁੱਤੇ ਹੋਏ ਮਿਲੇ। ਬੂਹਾ ਖੁੱਲਦੇ ਹੀ ਅੰਦਰ ਵੇਖ ਕੇ ਉਹਦੇ ਹੋਸ਼ ਉੱਡ ਗਏ। ਹਰ ਥਾਂ ਤੇ ਸੁੱਤੇ ਹੋਏ ਲੋਕ ਘੁੰਮਦੇ ਫਿਰਦੇ ਉਹ ਰਾਜਾ ਦੇ ਕਮਰੇ ਵਿੱਚ ਪਹੁੰਚ ਗਿਆ। ਕਿੰਗ ਤੇ ਕੁਈਨ ਵੀ ਆਪਣੇ ਸੋਫੇ ਉੱਤੇ ਸੁੱਤੇ ਪਏ ਸੀ। ਫਿਰ ਇੱਕ ਅੱਧੇ ਖੁੱਲ੍ਹੇ ਬੂਹੇ ਦੇ ਅੰਦਰ ਉਹਨੂੰ ਉਹ ਦਿਸੀ ਜਿਸ ਨੂੰ ਉਹ ਲੱਭ ਰਿਹਾ ਸੀ, ਸਲੀਪਿੰਗ ਬਿਊਟੀ, ਜਿਹੜੀ ਇੱਕ ਫੁੱਲਾਂ ਦੇ ਬਿਸਤਰ ਉੱਤੇ ਡੂੰਘੀ ਮਿੱਠੀ ਨੀਂਦ ਲੈ ਰਹੀ ਸੀ। ਪ੍ਰਿੰਸ ਉਹਦੇ ਕੋਲ ਜਾ ਕੇ ਬਹਿ ਗਿਆ ਅਤੇ ਉਹਨੇ ਪ੍ਰਿੰਸੈਸ ਦੇ ਕੰਨਾਂ ਵਿੱਚ ਕਿਹਾ, ਤੇ ਤੁਸੀਂ ਉਹ ਸਲੀਪਿੰਗ ਬਿਊਟੀ, ਕਿੰਨੀ ਬਿਊਟੀਫੁਲ ਹੋ ਤੁਸੀਂ। ਅਤੇ ਉਹਨੇ ਉਹਨੂੰ ਮੱਥੇ ਉੱਤੇ ਕਿਸ ਕੀਤਾ ਅਤੇ ਉਸੇ ਵੇਲੇ ਪ੍ਰਿੰਸੈਸ ਨੇ ਅੱਖਾਂ ਖੋਲੀਆਂ ਅਤੇ ਆਪਣੇ ਸਾਹਮਣੇ ਇੱਕ ਹੈਂਡਸਮ ਪ੍ਰਿੰਸ ਨੂੰ ਵੇਖਿਆ। ਉਹਦੇ ਜਾਗਦੇ ਹੀ ਕੈਸਲ ਵਿੱਚ ਸਾਰੇ ਹੀ ਜਾਗ ਗਏ ਆਪਣੀ 100 ਸਾਲ ਲੰਬੀ ਨੀਂਦ ਵਿੱਚੋਂ। ਕਿੰਗ ਤੇ ਕੁਈਨ ਨੂੰ ਭਰੋਸਾ ਨਹੀਂ ਹੋਇਆ, ਉਹ ਭੱਜ ਕੇ ਪ੍ਰਿੰਸੈਸ ਦੇ ਰੂਮ ਵਿੱਚ ਗਏ। ਜਦੋਂ ਉਹਨਾਂ ਨੂੰ ਆਪਣੀ ਧੀ ਸਾਹਮਣੇ ਦਿਸੀ, ਉਹਨਾਂ ਦੀ ਖੁਸ਼ੀਆਂ ਦਾ ਠਿਕਾਣਾ ਨਹੀਂ ਰਿਹਾ। ਪ੍ਰਿੰਸ ਨੇ ਪ੍ਰਿੰਸੈਸ ਨਾਲ ਵਿਆਹ ਕਰਨ ਦਾ ਪ੍ਰਸਤਾਵ ਰੱਖਿਆ। ਪ੍ਰਿੰਸੈਸ ਖੁਸ਼ੀ ਖੁਸ਼ੀ ਰਾਜ਼ੀ ਹੋ ਗਈ। ਕਿੰਗ ਵੀ ਇਸ ਗੱਲ ਤੋਂ ਬਹੁਤ ਖੁਸ਼ ਸੀ। ਬਹੁਤ ਹੀ ਧੂਮ ਧਾਮ ਨਾਲ ਉਹਨਾਂ ਦਾ ਵਿਆਹ ਹੋਇਆ ਅਤੇ ਉਹ ਹਮੇਸ਼ਾ ਇੱਕ ਦੂਜੇ ਨਾਲ ਖੁਸ਼ ਰਹੇ। ਇੱਕ ਸਮੇਂ ਦੀ ਗੱਲ ਹੈ, ਜੰਗਲ ਵਿੱਚ ਇੱਕ ਨਿੱਕੇ ਜਿਹੇ ਘਰ ਵਿੱਚ ਮਦਰ ਗੋਟ ਅਤੇ ਉਹਨਾਂ ਦੀਆਂ ਪਿਆਰੀਆਂ ਲਿਟਲ ਗੋਟਸ ਮੌਜ ਮਸਤੀ ਨਾਲ ਰਹਿੰਦੀਆਂ ਸੀ। ਲਿਟਲ ਗੋਟਸ ਬਹੁਤ ਪਿਆਰੀਆਂ ਲੱਗਦੀਆਂ ਸੀ, ਖਿਲੋਣਿਆਂ ਵਰਗੀਆਂ, ਸਾਰੀਆਂ ਮਾਵਾਂ ਦੀ ਤਰ੍ਹਾਂ। ਮਦਰ ਗੋਟ ਵੀ ਆਪਣੇ ਜਵਾਕਾਂ ਨਾਲ ਬਹੁਤ ਪਿਆਰ ਕਰਦੀ ਸੀ। ਉਹ ਸਾਰੇ ਜੰਗਲੀ ਜਾਨਵਰਾਂ ਤੋਂ ਉਹਨਾਂ ਦੀ ਰੱਖਿਆ ਕਰਦੀ ਸੀ। ਇੱਕ ਦਿਨ ਖਾਣਾ ਲੱਭਣ ਬਾਹਰ ਜਾਣ ਤੋਂ ਪਹਿਲਾਂ ਉਹਨੇ ਆਪਣੀ ਲਿਟਲ ਗੋਟਸ ਨੂੰ ਕੋਲ ਬੁਲਾਇਆ ਅਤੇ ਕਿਹਾ, ਮੇਰੇ ਪਿਆਰੇ ਜਵਾਕੋ, ਮੈਂ ਜੰਗਲ ਵਿੱਚ ਜਾ ਰਹੀ ਹਾਂ, ਕਿਸੇ ਲਈ ਵੀ ਬੂਹਾ ਨਾ ਖੋਲਣਾ। ਜੇ ਭੇੜੀਆ ਅੰਦਰ ਆ ਗਿਆ ਤਾਂ ਸਾਨੂੰ ਸਾਰਿਆਂ ਨੂੰ ਖਾ ਜਾਵੇਗਾ। ਉਹ ਭੇਸ ਬਦਲ ਬਦਲ ਕੇ ਤੁਹਾਨੂੰ ਠੱਗਣਾ ਚਾਹੇਗਾ। ਪਰ ਅਸੀਂ ਉਹਨੂੰ ਪਛਾਣਾਂਗੇ ਕਿਵੇਂ? ਭੇੜੀਏ ਦੀ ਆਵਾਜ਼ ਬਹੁਤ ਰੁੱਖੀ ਹੈ ਅਤੇ ਮੇਰੀ ਆਵਾਜ਼ ਬਹੁਤ ਮਿੱਠੀ। ਰੁੱਖੀ ਆਵਾਜ਼ ਸੁਣ ਕੇ ਤੁਸੀਂ ਸਮਝ ਜਾਣਾ ਕਿ ਉਹ ਭੇੜੀਆ ਹੀ ਹੈ। ਇਹ ਬੋਲ ਕੇ ਨਿਕਲਦੇ ਸਮੇਂ ਮਦਰ ਗੋਟ ਨੂੰ ਕੁਛ ਯਾਦ ਆਇਆ ਅਤੇ ਉਹਨੇ ਮੁੜ ਕੇ ਕਿਹਾ, ਇੱਕ ਹੋਰ ਗੱਲ, ਭੇੜੀਏ ਦੇ ਪੈਰ ਕਾਲੇ ਨੇ ਅਤੇ ਮੇਰੇ ਚਿੱਟੇ, ਤੇ ਤੁਸੀਂ ਪੈਰ ਵੇਖ ਕੇ ਵੀ ਪਛਾਣ ਸਕਦੇ ਹੋ। ਡੋਂਟ ਵਰੀ ਮੰਮੀ, ਅਸੀਂ ਵੱਡੇ ਹੋ ਗਏ ਹਾਂ, ਅਸੀਂ ਸਾਂਭ ਲਵਾਂਗੇ। ਮਦਰ ਗੋਟ ਨੇ ਇੱਕ ਇੱਕ ਕਰਕੇ ਆਪਣੇ ਸਾਰੇ ਜਵਾਕਾਂ ਨੂੰ ਚੁੰਮਿਆ ਅਤੇ ਫੇਰ ਜੰਗਲ ਵੱਲ ਤੁਰ ਪਈ। ਭੇੜੀਆ ਇਹ ਸਭ ਕੁਝ ਵੇਖ ਰਿਹਾ ਸੀ ਦੂਰੋਂ। ਮਦਰ ਗੋਟ ਦੇ ਜਾਣ ਪਿੱਛੋਂ ਉਹ ਥੋੜੀ ਦੇਰ ਹੋਰ ਰੁਕਿਆ ਅਤੇ ਫਿਰ ਉਹਨਾਂ ਦੇ ਘਰ ਪਹੁੰਚ ਕੇ ਬੂਹੇ ਤੇ ਨੌਕ ਕਰਨ ਲੱਗ ਪਿਆ। ਮੇਰੇ ਪਿਆਰੇ ਬੱਚੋ, ਚਲੋ ਦਰਵਾਜ਼ਾ ਖੋਲੋ, ਵੇਖੋ ਤੁਹਾਡੀ ਮੰਮੀ ਤੁਹਾਡੇ ਲਈ ਖਾਣਾ ਲੈ ਕੇ ਆਈ ਹੈ। ਪਰ ਲਿਟਲ
ਗੋਟਸ ਨੇ ਭੇੜੀਏ ਦੀ ਭਾਰੀ ਆਵਾਜ਼ ਪਛਾਣ ਲਈ। ਬੂਹੇ ਦੇ ਦੂਜੇ ਪਾਸਿਓਂ ਉਹ ਸਭ ਚਿੱਲਾਏ, ਤੁਸੀਂ ਸਾਡੀ ਮੰਮੀ ਨਹੀਂ ਹੋ। ਉਹਨਾਂ ਦੀ ਆਵਾਜ਼ ਬਹੁਤ ਪਿਆਰੀ ਅਤੇ ਮਿੱਠੀ ਹੈ। ਤੂੰ ਸਾਨੂੰ ਬੁੱਧੂ ਨਹੀਂ ਬਣਾ ਸਕਦਾ ਭੇੜੀਏ। ਭੇੜੀਏ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹ ਲਿਟਲ ਗੋਟਸ ਨੂੰ ਠੱਗ ਨਹੀਂ ਸਕਿਆ ਤੇ ਉਹਨੇ ਇੱਕ ਚੌਕ ਦਾ ਪੀਸ ਖਾ ਲਿੱਤਾ। ਹੁਣ ਉਹਦੀ ਆਵਾਜ਼ ਭੋਰਾ ਮਿੱਠੀ ਹੋ ਗਈ ਤੇ ਉਹ ਫੇਰ ਉਹਨਾਂ ਦੇ ਘਰ ਗਿਆ ਅਤੇ ਨੌਕ ਕੀਤਾ। ਇਸ ਬਾਰੀ ਭੇੜੀਏ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗੱਲ ਕੀਤੀ। ਮੇਰੇ ਪਿਆਰੇ ਬੱਚੋ, ਦਰਵਾਜ਼ਾ ਖੋਲੋ, ਮੈਂ ਤੁਹਾਡੀ ਮੰਮੀ ਹਾਂ, ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਹਾਂ। ਇਸ ਬਾਰੀ ਮਿੱਠੀ ਆਵਾਜ਼ ਸੁਣ ਕੇ ਲਿਟਲ ਗੋਟਸ ਨੂੰ ਲੱਗਿਆ ਕਿ ਇਹ ਉਹਨਾਂ ਦੀ ਮੰਮੀ ਹੀ ਹੈ। ਬੂਹਾ ਖੋਲਣ ਹੀ ਵਾਲੇ ਸੀ ਕਿ ਉਹਨਾਂ ਵਿੱਚੋਂ ਇੱਕ ਚਿੱਲਾਇਆ, ਰੁਕੋ ਰੁਕੋ, ਪਹਿਲਾਂ ਬੂਹੇ ਥੱਲੋਂ ਪੈਰ ਵੇਖਦੇ ਹਾਂ। ਜਦੋਂ ਉਹਨਾਂ ਨੇ ਵੇਖਿਆ ਤਾਂ ਭੇੜੀਏ ਦੇ ਕਾਲੇ ਪੈਰ ਦਿਸੇ ਅਤੇ ਉਹ ਸਾਰੇ ਚਿੱਲਾਣ ਲੱਗ ਪਏ, ਅਸੀਂ ਬੂਹਾ ਨਹੀਂ ਖੋਲਾਂਗੇ, ਮੰਮੀ ਦੇ ਪੈਰ ਕਾਲੇ ਨਹੀਂ ਨੇ, ਉਹਨਾਂ ਦੇ ਪੈਰ ਚਿੱਟੇ ਨੇ, ਤੁਸੀਂ ਭੇੜੀਏ ਹੋ। ਆਪਣਾ ਗੁੱਸਾ ਪੀ ਕੇ ਭੇੜੀਆ ਉੱਥੋਂ ਨਿਕਲਿਆ। ਹੁਣ ਉਹ ਬੇਕਰੀ ਗਿਆ। ਬੇਕਰ ਭੇੜੀਏ ਨੂੰ ਵੇਖ ਕੇ ਹੈਰਾਨ ਰਹਿ ਗਿਆ। ਮੈਂ ਹੁਣ ਸ਼ਾਕਾਹਾਰੀ ਹੋ ਗਿਆ ਹਾਂ, ਹੁਣ ਤੋਂ ਪੈਸਟਰੀ ਖਾਵਾਂਗਾ, ਥੋੜਾ ਆਟਾ ਦਿਓਗੇ? ਭੇੜੀਆ ਬੇਕਰੀ ਤੋਂ ਆਟਾ ਲੈ ਕੇ ਨਿਕਲਿਆ। ਘਰ ਦੇ ਨੇੜੇ ਆ ਕੇ ਆਟਾ ਉਹਨੇ ਆਪਣੇ ਪੈਰਾਂ ਤੇ ਮਲ ਲਿਆ। ਹੁਣ ਉਹਦੇ ਪੈਰ ਚਿੱਟੇ ਹੋ ਗਏ। ਹੁਣ ਤੀਜੀ ਵਾਰੀ ਚਲਾਕ ਭੇੜੀਏ ਨੇ ਬੂਹੇ ਉੱਤੇ ਨੌਕ ਕੀਤਾ। ਮੇਰੇ ਪਿਆਰੇ ਬੱਚੋ, ਦਰਵਾਜ਼ਾ ਖੋਲੋ, ਮੈਂ ਤੁਹਾਡੀ ਮੰਮੀ ਹਾਂ, ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਹਾਂ। ਪਹਿਲਾਂ ਪੈਰ ਵਿਖਾਓ ਤਾਂ ਹੀ ਪਤਾ ਚੱਲੇ ਕਿ ਤੁਸੀਂ ਮੰਮੀ ਹੀ ਹੋ। ਭੇੜੀਏ ਨੇ ਉਹਨਾਂ ਨੂੰ ਆਟੇ ਨਾਲ ਚਿੱਟੇ ਕੀਤੇ ਹੋਏ ਪੈਰ ਵਿਖਾਏ। ਜਦੋਂ ਲਿਟਲ ਗੋਟਸ ਨੇ ਚਿੱਟੇ ਪੈਰ ਵੇਖੇ ਤਾਂ ਉਹਨਾਂ ਨੇ ਸਮਝਿਆ ਕਿ ਉਹਨਾਂ ਦੀ ਮਾਂ ਹੈ ਅਤੇ ਬੂਹਾ ਖੋਲ ਦਿੱਤਾ। ਫੇਰ ਕੀ, ਉਹਨਾਂ ਦੇ ਸਾਹਮਣੇ ਸੀ ਭੇੜੀਆ। ਲਿਟਲ ਗੋਟਸ ਡਰ ਗਏ ਸੀ ਅਤੇ ਘਬਰਾ ਕੇ ਚਿੱਲਾਣ ਲੱਗੇ, ਕਿੱਥੇ ਭੱਜੋਗੇ, ਮੈਂ ਫੜ ਹੀ ਲਵਾਂਗਾ। ਇੱਕ ਜਵਾਕ ਟੇਬਲ ਦੇ ਥੱਲੇ ਲੁਕ ਗਿਆ, ਦੂਜਾ ਬਿਸਤਰੇ ਵਿੱਚ, ਤੀਜਾ ਚਿਮਣੀ ਵਿੱਚ ਗਿਆ ਅਤੇ ਚੌਥਾ ਕਿਚਨ ਵਿੱਚ ਜਾ ਕੇ ਲੁਕ ਗਿਆ, ਪੰਜਵਾਂ ਅਲਮਾਰੀ ਵਿੱਚ ਜਾ ਕੇ ਬਹਿ ਗਿਆ, ਛੇਵਾਂ ਪਰਦੇ ਦੇ ਪਿੱਛੇ ਅਤੇ ਸੱਤਵਾਂ ਘੜੀ ਦੇ ਅੰਦਰ। ਪਰ ਭੇੜੀਆ ਚਲਾਕ ਸੀ ਅਤੇ ਸਾਰਿਆਂ ਨੂੰ ਉਹਨੇ ਇੱਕ ਇੱਕ ਕਰਕੇ ਖੜ ਜਾਓ, ਇੱਥੇ ਆਓ, ਮੈਂ ਤੁਹਾਨੂੰ ਛੱਡਾਂਗਾ ਨਹੀਂ, ਖੜ ਜਾਓ। ਸਿਰਫ ਘੜੀ ਵਿੱਚ ਲੁਕਣ ਵਾਲੇ ਨੂੰ ਉਹ ਫੜ ਨਹੀਂ ਸਕਿਆ, ਉਹਦਾ ਢਿੱਡ ਭਰ ਚੁੱਕਿਆ ਸੀ। ਇਸ ਕਰਕੇ ਉਹਨੇ ਜ਼ਿਆਦਾ ਸੋਚਿਆ ਨਹੀਂ ਅਤੇ ਉੱਥੋਂ ਨਿਕਲ ਗਿਆ। ਉੱਥੇ ਇੱਕ ਵੱਡਾ ਮੈਦਾਨ ਸੀ ਜਿੱਥੇ ਇੱਕ ਪੇੜ ਦੇ ਥੱਲੇ ਉਹ ਨੱਕ ਵਜਾ ਕੇ ਸੌਣ ਲੱਗਿਆ। ਥੋੜੀ ਦੇਰ ਬਾਅਦ ਮਦਰ ਗੋਟ ਘਰ ਪਹੁੰਚੀ। ਬੂਹਾ ਖੁੱਲ੍ਹਾ ਵੇਖ ਕੇ ਸਮਝ ਗਈ ਕਿ ਕੁਝ ਹੋਇਆ ਹੈ ਅਤੇ ਉਹ ਚਿੱਲਾਣ ਲੱਗੀ।
ਘਰ ਵਿੱਚ ਆਉਂਦੇ ਹੀ ਉਹ ਘਬਰਾ ਗਈ। ਸਾਰਾ ਫਰਨੀਚਰ ਡਿੱਗਿਆ ਹੋਇਆ ਸੀ, ਪਰਦੇ ਫਟੇ ਹੋਏ, ਬਿਸਤਰਾ ਖਿਲਰਿਆ ਹੋਇਆ ਸੀ, ਸਰਾਣਾ ਅਤੇ ਚਾਦਰ ਇੱਧਰ ਉੱਧਰ ਪਏ ਸੀ। ਮਦਰ ਗੋਟ ਆਪਣੇ ਜਵਾਕਾਂ ਨੂੰ ਕਿਤੇ ਨਹੀਂ ਲੱਭ ਸਕੀ। ਇੱਕ ਇੱਕ ਕਰਕੇ ਉਹਨੇ ਨਾਂ ਲੈ ਕੇ ਵੀ ਸੱਦਿਆ, ਪਰ ਕੋਈ ਨਹੀਂ ਮਿਲਿਆ। ਫਿਰ ਉਹਨੇ ਸਤਵੇਂ ਦਾ ਨਾਂ ਸੱਦਿਆ ਤਾਂ ਇੱਕ ਆਵਾਜ਼ ਆਈ, ਮੈਂ ਘੜੀ ਦੇ ਅੰਦਰ ਹਾਂ ਮੰਮੀ। ਮਦਰ ਗੋਟ ਛੇਤੀ ਛੇਤੀ ਘੜੀ ਕੋਲ ਪਹੁੰਚੀ, ਜਵਾਕ ਨੂੰ ਬਾਹਰ ਕੱਢਿਆ ਅਤੇ ਗਲੇ ਨਾਲ ਲਾਇਆ। ਲਿਟਲ ਗੋਟ ਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ। ਮਦਰ ਗੋਟ ਨੂੰ ਬਹੁਤ ਬੁਰਾ ਲੱਗਿਆ, ਉਹ ਬਹੁਤ ਰੋਈ ਆਪਣੇ ਜਵਾਕਾਂ ਵਾਸਤੇ। ਆਪਣੇ ਸਿਰਫ ਇੱਕ ਜਵਾਕ ਨਾਲ ਉਹ ਘਰ ਤੋਂ ਬਾਹਰ ਨਿਕਲੀ ਤਾਂ ਹੀ ਉਹਨਾਂ ਨੂੰ ਭੇੜੀਆ ਸੁੱਤਾ ਹੋਇਆ ਦਿਸਿਆ। ਉਹਦਾ ਨੱਕ ਇੰਨੀ ਤੇਜ਼ ਵੱਜ ਰਿਹਾ ਸੀ ਕਿ ਪੇੜ ਦੇ ਪੱਤੇ ਵੀ ਹਿੱਲ ਰਹੇ ਸੀ। ਮਦਰ ਗੋਟ ਭੇੜੀਏ ਨੂੰ ਥੋੜੀ ਦੇਰ ਵੇਖਦੀ ਰਹੀ। ਉਹਨੇ ਵੇਖਿਆ ਕਿ ਉਹਦੇ ਟਿੱਡ ਦੇ ਅੰਦਰ ਕੁਝ ਹਿੱਲ ਰਿਹਾ ਹੈ। ਹਾਏ ਰੱਬਾ, ਲੱਗਦਾ ਹੈ ਮੇਰੇ ਜਵਾਕ ਉਹਦੇ ਟਿੱਡ ਦੇ ਅੰਦਰ ਜਿੰਦੇ ਨੇ। ਉਹਨੇ ਇੱਕ ਪਲਾਨ ਸੋਚਿਆ ਅਤੇ ਆਪਣੇ ਜਵਾਕ ਨੂੰ ਕਿਹਾ, ਘਰੋਂ ਮੇਰੇ ਲਈ ਇੱਕ ਸੂਈ ਧਾਗਾ ਅਤੇ ਕੈਚੀ ਲੈ ਕੇ ਆ ਛੇਤੀ। ਲਿਟਲ ਗੋਟ ਘਰ ਜਾਣ ਲੱਗਿਆ ਤਾਂ ਮਦਰ ਗੋਟ ਨੇ 6 ਵੱਡੇ ਪੱਥਰ ਇਕੱਠੇ ਕੀਤੇ। ਥੋੜੀ ਦੇਰ ਵਿੱਚ ਲਿਟਲ ਗੋਟ ਸੂਈ ਧਾਗਾ ਅਤੇ ਕੈਂਚੀ ਲੈ ਕੇ ਪਹੁੰਚਿਆ। ਜਿਵੇਂ ਮਦਰ ਗੋਟ ਨੇ ਭੇੜੀਏ ਦਾ ਟਿੱਡ ਕੱਟਿਆ, ਉਹਨੂੰ ਉੱਤੇ ਹੀ ਆਪਣਾ ਇੱਕ ਜਵਾਕ ਦਿਸਿਆ ਅਤੇ ਬਾਕੀ ਵੀ ਇੱਕ ਤੋਂ ਬਾਅਦ ਇੱਕ ਦਿਸੇ। ਸਾਰੇ ਸਲਾਮਤ ਸੀ। ਮਦਰ ਗੋਟ ਬੜੀ ਖੁਸ਼ ਹੋਈ। ਸਾਰੇ ਜਵਾਕਾਂ ਨੇ ਮਦਰ ਗੋਟ ਨੂੰ ਹੱਗ ਕੀਤਾ। ਸਾਰੇ ਬਹੁਤ ਖੁਸ਼ ਸੀ। ਮੇਰੇ ਜਵਾਕੋ, ਤੁਸੀਂ ਸਾਰੇ ਠੀਕ ਹੋ ਨਾ? ਮਦਰ ਗੋਟ ਨੇ ਭੇੜੀਏ ਦੇ ਅੰਦਰ ਸਾਰੇ ਪੱਥਰ ਭਰ ਦਿੱਤੇ। ਫਿਰ ਉਹਨੇ ਉਹਦੇ ਟਿੱਡ ਨੂੰ ਸੂਈ ਧਾਗੇ ਨਾਲ ਸੀ ਦਿੱਤਾ। ਭੇੜੀਆ ਇੰਨੀ ਡੂੰਘੀ ਨੀਂਦ ਵਿੱਚ ਸੀ ਕਿ ਉਹਨੂੰ ਕੁਛ ਪਤਾ ਹੀ ਨਹੀਂ ਲੱਗਿਆ। ਭੇੜੀਆ ਜਦੋਂ ਜਾਗਿਆ, ਖੜਾ ਹੋਇਆ, ਉਹਦਾ ਢਿੱਡ ਦਰਦ ਕਰ ਰਿਹਾ ਸੀ। ਉਹਨੂੰ ਲੱਗਿਆ ਕਈ ਸਾਰੇ ਲਿਟਲ ਗੋਟਸ ਦੀ ਵਜ੍ਹਾ ਨਾਲ ਦਰਦ ਹੋ ਰਿਹਾ ਹੈ। ਉਹਨੂੰ ਬਹੁਤ ਪਿਆਸ ਲੱਗੀ। ਉਹ ਨਦੀ ਵੱਲ ਗਿਆ ਪਾਣੀ ਪੀਣ। ਤੁਰਦੇ ਵੇਲੇ ਢਿੱਡ ਵਿੱਚ ਪੱਥਰ ਇੱਕ ਦੂਜੇ ਨਾਲ ਟਕਰਾਉਣ ਲੱਗੇ। ਢਿੱਡ ਇੰਨਾ ਭਾਰੀ ਤੇ ਭਰਿਆ ਹੋਇਆ ਲੱਗ ਰਿਹਾ ਹੈ, ਜਿਵੇਂ ਮੈਂ ਪੱਥਰ ਹੀ ਖਾਧੇ ਹੋਣ। ਉਹ ਪਾਣੀ ਪੀਣ ਵਾਸਤੇ ਝੁਕਿਆ। ਪੱਥਰਾਂ ਦੇ ਬੋਝ ਕਰਕੇ ਉਹ ਨਦੀ ਵਿੱਚ ਡਿੱਗ ਪਿਆ। ਬਚਾਓ, ਬਚਾਓ, ਮੈਂ ਡੁੱਬ ਰਿਹਾ, ਕੋਈ ਮੈਨੂੰ ਬਚਾਓ, ਬਚਾਓ, ਮੈਂ ਡੁੱਬ ਰਿਹਾ। ਉਹ ਬਹੁਤ ਚਿੱਲਾਇਆ ਪਰ ਕੋਈ ਨਹੀਂ ਆਇਆ। ਬਚਾਓ, ਬਚਾਓ। ਪੱਥਰਾਂ ਦਾ ਵਜ਼ਨ ਉਹਨੂੰ ਪਾਣੀ ਵਿੱਚ ਡੂੰਘੇ ਲੈ ਗਿਆ।
ਮਦਰ ਗੋਟ ਅਤੇ ਲਿਟਲ ਗੋਟਸ ਨੇ ਜਦੋਂ ਇਹ ਵੇਖਿਆ ਤਾਂ ਉਹ ਨਦੀ ਵੱਲ ਗਏ। ਸਾਰੇ ਮਿਲ ਕੇ ਚੁੰਮਣ ਲੱਗੇ। ਉਸ ਦਿਨ ਤੋਂ ਬਾਅਦ ਮਦਰ ਗੋਟ ਤੇ ਉਹਨਾਂ ਦੇ ਸੱਤੋਂ ਜਵਾਕ ਘਰ ਵਿੱਚ ਮੌਜ ਮਸਤੀ ਨਾਲ ਰਹੇ।